بولے سونے حال ساس بھی اکال بھائی پنڈاں وچوں پنڈ سنی دا پنڈ سنی دا بنگے بھائی بنگیاں دا للار سنی دا بھائی بنگیاں دا للار سنی دا چنیاں سونیاں رنگے بھائی پگ دا لیندا سوار پیا ਬਈ ਪੱਗ ਦਾ ਲੈਂਦਾ ਸਵਾਰ ਪਈਆ ਚੁੰਨੀਆਂ ਦਾ ਕੁਝ ਨਾ ਮੰਗੇ ਚੁੰਨੀਆਂ ਰੰਗਾ ਲਓ ਨੀ ਮੁਫਤੋ ਮੁਫਤੀ ਰੰਗੇ ਚੁੰਨੀਆਂ ਰੰਗਾ ਲਓ ਨੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡੀ ਆਪਣੀ ਰੂਪਦਵਿੰਦਰ ਕੌਰ ਅਤੇ ਉਹ ਜਿਹੜਾ ਬੰਗਿਆਂ ਦਾ ਲਲਾਰੀ ਹੈ ਜਿਹੜਾ ਚੁੰਨੀਆਂ ਫਰੀ ਦੇ ਵਿੱਚ ਰੰਗਦਾ ਉਹਨਾਂ ਦੇ ਕੋਲੋਂ ਚੁੰਨੀ ਰੰਗਵਾ ਕੇ ਸਾਡੇ ਚੈਂਪੀਅਨ ਜੀ ਪਹੁੰਚੇ ਆ ਜੀ ਇੱਥੇ ਬਹੁਤ ਬਹੁਤ ਸਵਾਗਤ ਸਾਡੇ ਸ਼ਰਨਜੀਤ ਕੌਰ ਜੀ ਦਾ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਕਾਲ ਚੈਨਲ ਵਾਲਿਆਂ ਨੂੰ ਅਕਾਲ ਚੈਨਲ ਸੁਣਨ ਵਾਲਿਆਂ ਨੂੰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਅਤੇ ਭੈਣ ਜੀ ਰੂਪ ਜੀ ਵੱਲੋਂ ਅਤੇ ਤੁਸੀਂ ਕਮਿਊਨਿਟੀ ਦੇ ਚੈਂਪੀਅਨ ਬਣ ਚੁੱਕੇ ਹੋ ਜੀ ਇੱਕ ਤਾਂ ਹੁੰਦਾ ਨਾ ਜਿੱਦਾਂ ਫਿਲਮ ਦਾ ਕੋਈ ਹੀਰੋ ਜਾਂ ਹੀਰੋਇਨ ਹੁੰਦਾ ਆ ਰਾਈਟ ਇੱਕ ਕੋਈ ਹੁੰਦਾ ਜਿਹਦਾ ਅਸੀਂ ਚੈਂਪੀਅਨ ਫਿਲਮ ਦੇ ਵਿੱਚ ਕੋਈ ਦੇਖਿਆ ਹੁੰਦਾ ਪਰ ਇੱਕ ਹੁੰਦਾ ਰੀਅਲ ਲਾਈਫ ਸੋਸਾਇਟੀ ਦਾ ਜਿਹੜਾ ਚੈਂਪੀਅਨ ਜਾਂ ਹੀਰੋ ਹੁੰਦਾ ਅਤੇ ਤੁਸੀਂ ਰੀਅਲ ਲਾਈਫ ਜਿਹੜੀ ਸਾਡੀ ਸੋਸਾਇਟੀ ਆ ਉਹਦੇ ਕਮਿਊਨਿਟੀ ਚੈਂਪੀਅਨ ਹੋ ਕਿਉਂਕਿ ਤੁਸੀਂ ਕਮਿਊਨਿਟੀ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਹੋ ਜੀ ਕੋਈ ਕੰਮ ਨਹੀਂ ਜਿਹੜਾ ਕਮਿਊਨਿਟੀ 'ਚ ਨਹੀਂ ਕੀਤਾ ਹੋਊਗਾ ਸਾਰੇ ਹੀ ਕੰਮ ਕੀਤੇ ਸਾਰੇ ਫੀਲਡ 'ਚ ਕੰਮ ਕੀਤੇ ਅੱਛਾ ਪਹਿਲਾਂ ਚੁੰਨੀ ਦੀ ਤੁਹਾਡੀ ਦੀ ਗੱਲ ਕਰਨੀ ਆ ਜੀ ਤੁਸੀਂ ਇਹ ਬੰਗਿਆਂ ਤੋਂ ਜਿਹੜੀ ਚੁੰਨੀ ਰੰਗਾ ਕੇ ਲਿਆਏ ਹੋ ਤੁਹਾਨੂੰ ਬਹੁਤ ਜ਼ਿਆਦਾ ਸੱਜ ਰਹੀ ਹੈ ਓ ਥੈਂਕ ਯੂ ਜੀ ਇਹਦਾ ਰੀਜ਼ਨ ਕੀ ਸੀ ਅੱਜ ਇੰਨਾ ਸੋਹਣਾ ਰੰਗ ਦੀ ਚੁੰਨੀ ਤੁਸੀਂ ਕਿਵੇਂ ਰੰਗਵਾ ਕੇ ਆਇਓ ਪਹਿਲਾਂ ਇਹ ਦੱਸੋ ਇਹ ਅੱਜ ਆਪਣਾ ਸਾਰੀਆਂ ਭੈਣਾਂ ਦਾ ਦਿਨ ਆ ਇੰਜੋਏ ਕਰਨ ਦਾ ਦਿਨ ਆ ਮੋਸਟ ਆਫ ਵਿਮੈਨ ਇਨ ਪਾਵਰ ਦਿਨ ਆ ਤੇ ਖੁਸ਼ੀ ਦਾ ਦਿਨ ਆ ਆਪਾਂ ਬਚਪਨ ਤੋਂ ਹੀ ਇਹ ਤੀਆਂ ਦੇ ਦਿਨ ਜਿਹੜੇ ਖੁਸ਼ੀ ਮਨਾਉਂਦੇ ਆਏ ਹਾਂ ਖੁਸ਼ੀ ਕਰਦੇ ਆਏ ਹਾਂ ਤਾਂ ਉਸੇ ਹਿਸਾਬ ਨਾਲ ਫਿਰ ਮੈਂ ਮੇਰਾ ਦਿਲ ਕੀਤਾ ਮੈਂ ਵੀ ਡਰੈਸ ਅਪ ਹੋ ਕੇ ਆਵਾਂ ਅਤੇ ਭੈਣਾਂ ਨੂੰ ਦਿਖਾਵਾਂ ਅਸੀਂ ਕਿਸੇ ਤੋਂ ਪਿੱਛੇ ਨਾ ਰਹੋ ਬਿਲਕੁਲ ਇੱਕ ਵਾਰੀ ਨਾ ਕਦੀ ਕਿਸੇ ਨੇ ਪੁੱਛਿਆ ਕਿ ਤੈਨੂੰ ਕਿਹੜਾ ਰੰਗ ਪਸੰਦ ਹੈ ਤੇ ਅੱਗੋਂ ਉਹਨੇ ਜਵਾਬ ਦਿੱਤਾ ਕੁੜੀ ਨੇ ਜੀ ਜਿਹੜਾ ਮਤਲਬ ਕਈ ਵਾਰੀ ਜਵਾਬ ਹੁੰਦਾ ਉਹ ਲੱਗਦਾ ਹੁੰਦਾ ਵੀ ਖਰੇ ਦੁਨਿਆਵੀ ਪਿਆਰ ਦੀ ਗੱਲ ਹੋ ਰਹੀ ਹੈ ਜੀ ਪਰ ਉਹ ਪਿਆਰ ਉਹਦੇ ਰੱਬ ਦੇ ਨਾਲ ਗੱਲ ਹੋਈ ਉਹਨੂੰ ਵੀ ਮਾਹੀ ਕਿਹਾ ਜਾਂਦਾ ਉਹਨੇ ਕਿਹਾ ਅੱਗੋਂ ਕੁੜੀ ਨੇ ਵੀ ਮੇਰੇ ਮਾਹੀਏ ਵਾਲਾ ਰੰਗ ਜਿਹੜਾ ਰਵੇ ਅੰਗ ਸੰਗ ਸੋ ਗੱਲ ਤਾਂ ਇਹ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਨਾਲ ਪਿਆਰ ਮੁਹੱਬਤ ਦੀ ਗੱਲ ਕਰਦੇ ਹਾਂ ਅਸੀਂ ਉਹਨਾਂ ਨੂੰ ਆਪਣਾ ਰੱਬ ਬਣਾ ਲੈਂਦੇ ਹਾਂ ਜਾਂ ਸਾਨੂੰ ਕਿਸੇ 'ਚੋਂ ਰੱਬ ਦਿਸਦਾ ਹੈ ਅਤੇ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸੱਦਾ ਦਿੰਦੇ ਹਾਂ ਅੱਜ ਅਸੀਂ ਤੀਆਂ ਮਨਾ ਰਹੇ ਹਾਂ ਅਕਾਲ ਚੈਨਲ ਦੇ ਉੱਪਰ ਔਰ ਸਾਡੇ ਸ਼ਰਨਜੀਤ ਭੈਣ ਜੀ ਵੀ ਸਟੂਡੀਓ ਦੇ ਵਿੱਚ ਪਹੁੰਚੇ ਨੇ ਅਤੇ ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਟੈਲੀਫੋਨ ਕਾਲਸ ਦੇ ਜ਼ਰੀਏ ਤੀਆਂ ਜੋ ਕਿ ਅਸੀਂ ਸਦੀਆਂ ਤੋਂ ਮਨਾਉਂਦੇ ਆਏ ਹਾਂ ਅਤੇ ਅੱਜ ਕੱਲ੍ਹ ਤੁਹਾਨੂੰ ਪਤਾ ਜਿਹੜੇ ਯੰਗਸਟਰਸ ਨੇ ਸਾਡੇ ਜੀ ਉਹ ਕਹਿੰਦੇ ਨੇ ਕਿ ਇਹ ਤੀਆਂ ਦਾ ਤਿਉਹਾਰ ਹੈ ਗੱਲ ਉਹ ਵੀ ਗਲਤ ਨਹੀਂ ਹੈਗੀ ਤੀਆਂ ਨੂੰ ਉਹ ਸਮਝਨੇ ਕਿ ਸ਼ਾਇਦ ਡੋਟਰਸ ਦਾ ਤਿਉਹਾਰ ਹੈਗਾ ਸਹੀ ਗੱਲ ਤਾਂ ਉਹੀ ਬਣਦੀ ਹੈ ਨਾ ਸਾਡੀਆਂ ਮਾਵਾਂ ਕਹਿੰਦੀਆਂ ਹੁੰਦੀਆਂ ਸੀ ਬੇਟੀਓ ਤੁਸੀਂ ਇੰਜੋਏ ਕਰਨਾ ਆ ਹੁਣ ਬੱਚੀਆਂ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਫਰੈਂਡਾਂ ਇਕੱਠੀਆਂ ਹੋ ਕੇ ਬਾਹਰ ਜਾਂਦੀਆਂ ਸੀ ਪੀਂਘਾਂ ਝੂਟਦੀਆਂ ਸੀ ਫਿਰ ਪੂੜੇ ਖੀਰ ਖਾਂਦੀਆਂ ਸੀਗੀਆਂ ਐਵੇਂ ਸਾਰੀ ਤਰ੍ਹਾਂ ਦਾ ਇੰਜੋਏ ਸੀਗਾ ਸਾਡੀਆਂ ਮਾਵਾਂ ਨੇ ਸਾਨੂੰ ਮਤਲਬ ਬਹੁਤ ਉਹ ਜਿਹੜੇ ਦਿਨ ਉਹ ਆਪਾਂ ਨੂੰ ਭੁੱਲ ਨਹੀਂ ਸਕਦੇ ਜਿਹੜੇ ਉਹਨਾਂ ਨੇ ਦਿੱਤੇ ਆ ਦੇਖੋ ਇੱਕ ਜਿਹੜਾ ਬਚਪਨ ਹੁੰਦਾ ਬਚਪਨ ਦੇ ਵਿੱਚ ਜਦੋਂ ਇੱਕ ਆਜ਼ਾਦੀ ਹੁੰਦੀ ਹੈ ਜੀ ਕਹਿੰਦੇ ਨੇ ਕੁੜੀਆਂ ਚਿੜੀਆਂ ਜਿਹੜੀਆਂ ਹੁਣ ਚਿੜੀਆਂ ਵੀ ਹੈਗੀਆਂ ਕਦੀ ਉਹ ਖੁਸ਼ੀ ਨਾਲ ਉਸ ਡਾਲ 'ਤੇ ਬੈਠਦੀਆਂ ਨੇ ਕਦੀ ਉਸ ਡਾਲ 'ਤੇ ਬੈਠਦੀਆਂ ਨੇ ਕਿਲਕਾਰੀਆਂ ਮਾਰਦੀਆਂ ਖੇਡਦੀਆਂ ਫਰੀਡਮ 'ਚ ਫਰੀਡਮ ਦੇ ਵਿੱਚ ਉਸੇ ਤਰ੍ਹਾਂ ਹੀ ਜਿਹੜੀਆਂ ਧੀਆਂ ਨੇ ਜਦੋਂ ਉਹਨਾਂ ਦੀ ਵਿਆਹ ਸ਼ਾਦੀ ਨਹੀਂ ਹੋਈ ਹੁੰਦੀ ਤਾਂ ਉਹਨਾਂ ਦੇ ਖੁਸ਼ੀ ਖੇੜੇ ਹੁੰਦੇ ਆ ਕੋਈ ਰਿਸਪੋਂਸੀਬਿਲਟੀ ਜਾਂ ਕੋਈ ਜ਼ਿੰਮੇਵਾਰੀ ਸਿਰ 'ਤੇ ਨਹੀਂ ਹੁੰਦੀ ਤਾਂ ਉਹ ਦਿਨ ਕਿੰਨੇ ਅੱਲੜ ਦਿਨ ਸੋਹਣੇ ਹੁੰਦੇ ਉਹ ਸਿਰਫ ਪੁਰਾਣੇ ਗੱਲ ਨਹੀਂ ਜਿਹੜੀਆਂ ਹੁਣ ਦੀਆਂ ਕੁੜੀਆਂ ਉਹ ਵੀ ਸੇਮ ਹੀ ਸਮਝਦੀਆਂ ਉਹਨਾਂ ਨੂੰ ਸਾਰੀਆਂ ਆਪਣੀਆਂ ਮਾਵਾਂ ਨੂੰ ਕੁੜੀਆਂ ਮਾਵਾਂ ਜਿਹੜੀਆਂ ਉਹ ਕੁੜੀਆਂ ਨੂੰ ਪ੍ਰਿੰਸੈਸ ਬੁਲਾਉਂਦੀਆਂ ਹਰ ਇੱਕ ਕੁੜੀ ਕਹਿੰਦੀ ਮੈਂ ਪ੍ਰਿੰਸੈਸ ਹਾਂ ਮੈਂ ਪ੍ਰਿੰਸੈਸ ਹਾਂ ਮੈਨੂੰ ਡਰੈਸ ਚਾਹੀਦਾ ਫੁੱਲ ਲੈਂਥ ਚਾਹੀਦਾ ਬਿਕੋਜ਼ ਪ੍ਰਿੰਸੈਸ ਹਾਫ ਡਰੈਸ ਨਹੀਂ ਪਾਉਂਦੀ ਸੋ ਕਿੰਨਾ ਨਾਈਸ ਆ ਕਿ ਉਹ ਕਿੰਨੀ ਖੁਸ਼ੀ ਵਾਲੀ ਦੁਨੀਆ 'ਚ ਜੀ ਰਹੀਆਂ ਕਿੰਨੀ ਰੋਇਲਟੀ 'ਚ ਜੀ ਰਹੀਆਂ ਹੈਗੀਆਂ ਬਿਲਕੁਲ ਬਹੁਤ ਖੁਸ਼ੀ ਦੀ ਗੱਲ ਹੈ ਔਰ ਜਿੱਥੇ ਤੁਸੀਂ ਇਹ ਗੱਲ ਕਹਿ ਰਹੇ ਹੋ ਸਾਨੂੰ ਧੀਆਂ ਨੂੰ ਰਾਜਕੁਮਾਰੀਆਂ ਤਾਂ ਬਣਾ ਕੇ ਰੱਖਣਾ ਹੀ ਚਾਹੀਦਾ ਅਤੇ ਉਹਨਾਂ ਨੂੰ
ਬੇਟੀਆਂ ਦੇ ਨਾਲੋਂ ਵੀ ਵੱਧ ਸਮਝਣਾ ਚਾਹੀਦਾ ਹੈ। ਔਰ ਇਹ ਜਿਹੜਾ ਸੁਨੇਹਾ ਹੈ, ਅਸੀਂ ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ ਅਲੱਗ ਅਲੱਗ ਤਰੀਕਿਆਂ ਦੇ ਨਾਲ, ਅਲੱਗ ਅਲੱਗ ਢੰਗਾਂ ਦੇ ਨਾਲ ਅਸੀਂ ਇਹ ਸੁਨੇਹਾ ਦਿੰਦੇ ਰਹਿੰਦੇ ਹਾਂ ਕਿ ਜਿਹੜੀਆਂ ਸਾਡੀਆਂ ਬੇਟੀਆਂ ਨੇ ਜਾਂ ਜਿਹੜੀਆਂ ਔਰਤਾਂ ਨੇ, ਇਹ ਕਿਸੇ ਵੀ ਪੱਖ ਤੋਂ, ਮਰਦਾਂ ਤੋਂ ਪਿੱਛੇ ਨਹੀਂ ਹਨ। ਉਹ ਵੀ ਸਾਡੇ ਜਿਹੜੇ ਭਰਾ ਜੋ ਕੰਮ ਕਰ ਸਕਦੇ, ਉਹ ਭੈਣਾਂ ਵੀ ਉਹ ਕੰਮ ਕਰ ਸਕਦੀਆਂ ਇਹਦੇ ਵਿੱਚ ਹੀ। ਮੈਂ ਤੁਹਾਨੂੰ ਇੱਕ ਗੱਲ ਹੋਰ ਕਹੂੰਗੀ, ਜੇ ਅਸੀਂ ਨੂੰਹਾਂ ਤੇ ਧੀਆਂ ਨੂੰ ਅੱਜ ਸਿਰ ਤੇ ਰੱਖਾਂਗੇ, ਬੁਢਾਪੇ 'ਚ ਉਹ ਸਾਨੂੰ ਸਿਰ ਤੇ ਰੱਖਣਗੀਆਂ, ਕੱਲ ਨੂੰ ਸਾਨੂੰ ਲੋੜ ਪੈਣੀ ਉਹਨਾਂ ਦੀ ਜੀ, ਤੇ ਉਹ ਵੀ ਸਾਨੂੰ ਇੱਦਾਂ ਹੀ ਪਿਆਰ ਦੇਣਗੀਆਂ। ਜਿੰਨਾ ਅਸੀਂ ਦੇਵਾਂਗੇ ਓਨਾ ਹੀ ਉਹਨਾਂ ਕੋਲੋਂ ਲੈ ਲਾਂਗੇ, ਜਿੰਨਾ ਕੁ ਗੁੜ ਪਾਵਾਂਗੇ ਓਨਾ ਕੀ ਮਿੱਠਾ ਹੋਣਾ। ਬਿਲਕੁਲ, ਇਹ ਤਾਂ ਸਿਆਣੇ ਵੀ ਕਹਿੰਦੇ ਆ ਵੀ ਜਿੰਨਾ ਗੁੜ ਪਾਈਏ ਓਨਾ ਹੀ ਮਿੱਠਾ ਹੋਣਾ। ਤੁਹਾਡੀ ਇਸ ਗੱਲ ਤੋਂ ਮੈਨੂੰ ਗੱਲ ਯਾਦ ਆਈ, ਇੱਦਾਂ ਹੀ ਅੱਜ ਤੁਹਾਨੂੰ ਪਤਾ ਮੈਸੇਜ ਆਉਂਦੇ ਰਹਿੰਦੇ ਵਟਸਐਪ ਤੇ ਜਾਂ ਫੇਸਬੁੱਕ ਤੇ ਜੀ, ਤਾਂ ਉਹਦੇ ਵਿੱਚ ਕਿਸੇ ਨੇ ਇੱਦਾਂ ਗੱਲ ਦੱਸੀ ਭਈ ਕਿਸੇ ਨੇ ਰੱਖੜੀਆਂ ਭੇਜੀਆਂ ਤੇ ਭਾਬੀ ਨੇ ਆਪਣੀ ਨਨਾਣ ਨੂੰ ਫੋਨ ਕੀਤਾ ਭਈ ਤੁਹਾਡੀਆਂ ਰੱਖੜੀਆਂ ਨਹੀਂ ਪਹੁੰਚੀਆਂ, ਤੇ ਜਿਹੜੀ ਨਨਾਣ ਹੈ ਉਹ ਘਰ ਆਉਂਦੀ ਹੈ ਤੇ ਆ ਕੇ ਆਪਣੇ ਵੀਰਾਂ ਨੂੰ ਮਿਲਦੀ ਹੈ, ਮਾਂ ਨੂੰ ਮਿਲਦੀ ਹੈ, ਤੇ ਉਹਦੀ ਮਾਂ ਕਹਿੰਦੀ ਹੈ ਆਪਣੀ ਬੇਟੀ ਨੂੰ ਕਿ ਤੇਰੀ ਭਾਬੀ ਬਹੁਤ ਚੰਗੀ ਹੈ, ਕਿ ਮਤਲਬ ਮੇਰੀ ਨੂੰਹ ਬਹੁਤ ਚੰਗੀ ਹੈ, ਤੇਰੀਆਂ ਰੱਖੜੀਆਂ ਤਾਂ ਮਿਲ ਗਈਆਂ ਸੀ ਤੇ ਇਹਨੇ ਤੈਨੂੰ ਝੂਠ ਬੋਲ ਦਿੱਤਾ ਕਿ ਰੱਖੜੀਆਂ ਨਹੀਂ ਮਿਲੀਆਂ, ਤੇ ਇਹਦਾ ਦਿਲ 'ਚ ਇਹ ਸੀ ਵੀ ਆਪਣੀ ਮਾਂ ਨੂੰ ਆ ਕੇ ਤੂੰ ਮਿਲ ਜਾ। ਸੋ ਗੱਲ ਇਹ ਹੈ ਕਿ ਇਹ ਜਿਹੜੀਆਂ ਗੱਲਾਂ ਨੇ ਇਹ ਸਾਡੇ ਸਿਰਫ ਮੈਸੇਜਿਸ ਵਿੱਚ ਹੀ ਨਾ ਰਹਿ ਜਾਣ, ਇਹ ਚੀਜ਼ਾਂ ਸਾਡੇ ਸਮਾਜ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਇਹ ਜਿਹੜਾ ਨੂੰਹ ਨੂੰ ਪਿਆਰ ਮਿਲਿਆ ਨਾ ਸੱਸ ਕੋਲੋਂ, ਤੇ ਉਹ ਅੱਗੇ ਇਹ ਹੀ ਵੰਡ ਹੁੰਦਾ ਆਪਸ ਵਿੱਚ। ਬਿਲਕੁਲ, ਜੇ ਪਿਆਰ ਦੋਗੇ ਤਾਂ ਪਿਆਰ ਮਿਲੇਗਾ ਜੀ। ਤੇ ਸਾਡੀਆਂ ਜਿਹੜੀਆਂ ਟੈਲੀਫੋਨ ਲਾਈਨਸ ਨੇ ਉਹ ਖੁੱਲੀਆਂ ਹੋਈਆਂ ਨੇ, ਤੁਸੀਂ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ। ਨੰਬਰ ਤੁਹਾਡੀ ਸਕਰੀਨ ਦੇ ਉੱਪਰ ਵੀ ਆ ਰਿਹਾ ਹੈ, 02088 5714279 ਇਸ ਦਾ ਨੰਬਰ, ਤੇ ਅਸੀਂ ਤੁਹਾਡੀ ਜਿਹੜੀ ਕਾਲ ਲੈ ਕੇ ਸਾਨੂੰ ਬੜੀ ਖੁਸ਼ੀ ਹੋਈ। ਖਾਸ ਕਰਕੇ ਭੈਣਾਂ ਨੂੰ ਮੈਂ ਕਹਾਂਗੀ ਕਿ ਅੱਜ ਜੇ ਕੋਈ ਸਾਉਣ ਮਹੀਨੇ 'ਤੇ ਤੁਹਾਨੂੰ ਬੋਲੀ ਆਉਂਦੀ ਹੈ ਜਾਂ ਕੋਈ ਗੱਲ ਚੇਤੇ ਆਈ ਹੈ ਤਾਂ ਉਹ ਤੁਸੀਂ ਸਾਨੂੰ ਜ਼ਰੂਰ ਆ ਕੇ ਦੱਸ ਸਕਦੇ ਹੋ। ਤੁਹਾਨੂੰ ਵੀ ਕੋਈ ਆਉਂਦੀ ਹੈ ਬੋਲੀ ਕਿ ਨਹੀਂ? ਮੈਨੂੰ ਤਾਂ ਬੋਲੀ ਘੱਟ ਹੀ ਆਉਂਦੀ ਹੈ, ਤੁਹਾਨੂੰ ਜ਼ਰੂਰ ਆਉਂਦੀ ਹੈ। ਅੱਛਾ, ਤੁਹਾਨੂੰ ਮੈਂ ਇੱਕ ਚੀਜ਼ ਨੋਟ ਕੀਤੀ ਹੈ। ਹਾਂਜੀ, ਤੁਸੀਂ ਮੇਰੇ ਖਿਆਲ 'ਚ ਕੁਝ ਮਹੀਨੇ ਹੋ ਗਏ ਨੇ ਜੀ ਤੁਸੀਂ ਸ਼ੋਅ 'ਚ ਆਏ ਸੀ। ਹਾਂਜੀ, ਆਏ ਸੀ ਇੱਥੇ ਪਿਛਲੇ ਸਾਲ ਆਏ ਸੀ। ਪਿਛਲੇ ਸਾਲ ਜੀ, ਤੁਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਮੈਨੂੰ ਲੱਗਦਾ ਕਿ ਥੋੜੇ ਮਾੜੇ ਹੋ ਗਏ ਹੋ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਤੁਸੀਂ ਯਕੀਨ ਕਰੋ, ਮੈਂ 12 ਕਿਲੋ ਭਾਰ ਘਟਾਇਆ। 12 ਕਿਲੋ? 12 ਕਿਲੋ ਭਾਰ ਘਟਿਆ। ਮਾਈ ਗੋਡ! ਉਹ ਵੀ ਹੈਲਦੀ ਰੈਸਪੀ ਨਾਲ। ਓਇਲ ਓਇਲ ਬੰਦ ਕੀਤਾ ਆ ਖਾਣੇ ਵਿੱਚ, ਸਿਰਫ ਓਇਲ ਬੰਦ ਕਰਨ ਨਾਲ, ਸ਼ੂਗਰ ਬੰਦ ਕਰਨ ਨਾਲ, ਦੁੱਧ ਬੰਦ ਕਰਨ ਨਾਲ, ਤਿੰਨ ਚੀਜ਼ਾਂ ਬੰਦ ਕਰਨ ਨਾਲ ਵੇਟ ਇੰਨਾ ਘਟਿਆ। ਚਲੋ ਆਪਾਂ ਨਾ ਹੁਣ ਮੈਂ ਆਪਣੀ ਅਨਾਊਂਸਮੈਂਟ ਕਰ ਦਿੰਦੀ ਹਾਂ ਕਿ ਸ਼ਰਨਜੀਤ ਕੌਰ ਜੀ ਨੇ ਜਿਹੜੇ ਕਿ ਕਮਿਊਨਿਟੀ ਚੈਂਪੀਅਨ ਹੈਗੇ ਨੇ, ਇਹਨਾਂ ਨੇ ਸਾਨੂੰ ਰੈਸਪੀ ਦੇਣੀ ਆ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਕਾਲ ਤੇ ਮੇਰੇ ਖਿਆਲ ਕੋਈ ਆ ਗਏ ਨੇ, ਅਸੀਂ ਉਹਨਾਂ ਦਾ ਸਵਾਗਤ ਕਰੀਏ। ਹੈਲੋ ਜੀ, ਬੂਹਾ ਖੁੱਲਿਆ ਹੈ, ਤੁਸੀਂ ਅੰਦਰ ਆ ਸਕਦੇ ਹੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰੂਪ ਜੀ। ਕਿੱਟੀ ਪਾਲ ਜੀ, ਬਹੁਤ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਚਰਨਜੀਤ ਜੀ। ਸਤਿ ਸ਼੍ਰੀ ਅਕਾਲ ਦੇ ਮਹੀਨੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਧੀਆਂ ਤੇ ਧੀਆਂ ਦੀ ਗੱਲ ਕਰ ਰਹੇ ਹੋ ਜੀ, ਆਪਣੇ ਕਲਚਰ ਦੀ, ਤੇ ਮੈਂ ਵੀ ਇੱਕ ਹਿੱਸਾ ਪਾਉਣਾ ਚਾਹੁੰਦੀ ਹਾਂ ਜੋ ਮੈਂ ਆਪਣੀਆਂ ਬੋਲੀਆਂ ਲਿਖੀਆਂ। ਵਾਹ ਜੀ ਵਾਹ, ਕਿਆ ਬਾਤ ਹੈ ਕਿੱਟੀ ਕਲਚਰ ਤੇ ਜੀ, ਤੁਸੀਂ ਜ਼ਰੂਰ ਸੁਣਾਓ, ਤੁਸੀਂ ਬਹੁਤ ਹੀ ਵਧੀਆ ਲਿਖਦੇ ਹੋ ਕਿੱਟੀ ਜੀ। ਹਾਂਜੀ। ਤੇ ਪਿੱਛੋਂ ਮੈਂ ਗਈ ਖੇਤ ਨੂੰ ਚੁੱਕ ਚੁੱਕ ਵੇਖਾਂ ਪੱਲੀਆਂ, ਨੀ ਨਾ ਹੁਣ ਉੱਥੇ ਗੱਡੇ ਚੁੱਕਣ, ਨਾ ਹੁਣ ਉੱਥੇ ਗੱਡੇ ਚੁੱਕਣ, ਨਾ ਬਲਦਾਂ ਗੱਲ ਤਲੀਆਂ, ਵੀ ਨਾ ਕੋਈ ਜੋਵੇ ਹਲ ਪੰਜਾਲੀ, ਨਾ ਕੋਈ ਜੋਵੇ ਹਲ ਪੰਜਾਲੀ, ਨਾ ਕੋਈ ਕੁੱਤੇ ਛਲੀਆਂ, ਵੀ ਨਾ ਕੋਈ ਹੁਣ ਕੁੱਪ ਬਣਾਵੇ, ਨਾ ਕੋਈ ਹੁਣ ਕੁੱਪ ਬਣਾਵੇ, ਨਾ ਧਾਰੇ ਨਾ ਛੰਨਾ, ਵੀ ਨਾ ਕੋਈ ਹੁਣ ਕਰਦਾ ਗੋਡੀ, ਨਾ ਕੋਈ ਹੁਣ ਕਰਦਾ ਗੋਡੀ, ਨਾ ਕੋਈ ਪਾਉਂਦਾ ਗੰਨਾ, ਵੀ ਪਈਏ ਸਾਰਾ ਕੰਮ ਨਿਬਟਾਉਂਦੇ, ਪਈਏ ਸਾਰਾ ਕੰਮ ਨਿਬਟਾਉਂਦੇ, ਜੱਟ ਪੈ ਗਿਆ ਲੰਮਾ ਪੁਰਾਣੇ ਸੰਦ ਲੱਭਦੀ ਫਿਰਾਂ ਫੁੱਲ ਮਾਰਿਆ, ਖੂਹ ਦਾ ਬੰਨਾ ਬੰਨਾ ਪੁਰਾਣੇ ਸੰਦ ਲੱਭਦੀ ਫਿਰਾਂ ਫੁੱਲ ਮਾਰਿਆ, ਖੂਹ ਦਾ ਬੰਨਾ ਬੰਨਾ ਪੁਰਾਣੇ ਸੰਦ ਲੱਭਦੀ ਫਿਰਾਂ। ਕਿਆ ਬਾਤ ਹੈ, ਬਹੁਤ ਅੱਛਾ। ਇੱਕ ਹੋਰ ਆ ਜੀ ਇਹਦੇ ਨਾਲ ਦੀ ਆ, ਸੁਣਾ ਦਿਓ, ਉਹ ਵੀ ਸੁਣਾ ਦਿਓ। ਫਿਰ ਪਿੱਛੋਂ ਮੈਂ ਗਈ ਪਿੰਡ ਨੂੰ ਘੁੰਮ ਫਿਰ ਵੇਖਾਂ ਗਲੀਆਂ, ਵੀ ਨਾ ਹੁਣ ਕੋਈ ਚੱਕੀ ਪੀਸੇ, ਨਾ ਕੋਈ ਹੁਣ ਚੱਕੀ ਪੀਸੇ, ਨਾ ਕੱਢਣ ਚਾਦਰ ਫੁੱਲ ਕਲੀਆਂ, ਵੀ ਨਾ ਕੋਈ ਹੁਣ ਦਰੀਆਂ ਬੁਣਦੀ,
ਨਾ ਕੋਈ ਲਾਵੇ ਅੱਡਾ ਨੀ, ਨਾ ਕੋਈ ਲੇਵੇ ਦੋਰੀ ਚੁੰਨੀ, ਨਾ ਕੁੰਡ ਕਰਦੀ ਲੰਮਾ ਪੀ, ਨਾ ਹੁਣ ਕੋਈ ਢੋਂਦੀ ਪੱਤਾ, ਨਾ ਪਰਾਂਦਾ ਲੰਮਾ ਰਸੋਈ ਵਿੱਚ, ਨਾ ਲੱਭੇ ਨਾ ਲੱਭੇ ਗਾਗਰ ਛੱਣਾ ਰਸੋਈ ਵਿੱਚ, ਨਾ ਲੱਭੇ ਨਾ ਲੱਭੇ ਗਾਗਰ ਛੱਣਾ ਰਸੋਈ ਵਿੱਚ, ਨਾ ਲੱਭੇ। ਸਵਾਲ ਪੁੱਛਣਾ ਆ, ਜਿਵੇਂ ਹੁਣ ਇਹਦੀ ਸਾਡੀ ਜਿਹੜੀ ਤੀਆਂ ਆ, ਤੀਆਂ ਦੀ ਮਤਲਬ ਇਤਿਹਾਸ ਕੀ ਆ, ਇਹ ਕਿਉਂ ਮਨਾਉਂਦੇ ਕਿਉਂ ਤੁਹਾਡੇ ਹਿਸਾਬ ਨਾਲ? ਹੈ ਜੀ, ਤੂੰ ਜਿਹੜੀਆਂ ਤੀਆਂ ਵਾ ਇਹ ਤਾਂ ਪਹਿਲਾਂ ਮੁਗਲਾਂ ਦੇ ਟਾਈਮ ਤੇ ਜਦੋਂ ਲੜਕੀਆਂ ਨੂੰ ਉਠਾ ਕੇ ਲੈ ਜਾਂਦੇ ਸੀ ਤੇ ਉਹ ਉੱਥੇ ਸੋਹਣੀਆਂ ਕੁੜੀਆਂ ਨੂੰ ਲੈ ਜਾਂਦੇ ਸੀ ਤੇ ਉਦੋਂ ਸ਼ੁਰੂ ਹੋਈਆਂ ਸੀਗੀਆਂ ਤੇ ਉੱਥੇ ਫਿਰ ਇਹ ਲੜਕੀਆਂ ਨੂੰ ਜਿੱਦਾਂ ਨਚਾ ਕੇ ਤੇ ਮਨੋਰੰਜਨ ਕਰਦੇ ਸੀ, ਫਿਰ ਕਿਸੇ ਨਾਲ ਸ਼ਾਦੀ ਕਰ ਲੈਂਦੇ ਸੀ। ਪਰ ਜਿਹੜੀਆਂ ਸਾਡੇ ਬਾਅਦ ਵਿੱਚ ਪੰਜਾਬ ਦੇ ਵਿੱਚ ਤੀਆਂ ਵਾ ਉਹ ਇੱਕ ਇਤਿਹਾਸਕ ਮੇਲੇ ਦੀ ਤਰ੍ਹਾਂ ਮਨਾਈਆਂ ਜਾਂਦੀਆਂ ਆ, ਕੁੜੀਆਂ ਦੀ ਯਾਦ ਨੂੰ, ਕੁੜੀਆਂ ਦੇ ਖੇਡਣ ਦੇ ਮੌਕੇ ਨੂੰ ਲੈ ਕੇ ਮਨਾਈਆਂ ਜਾਂਦੀਆਂ ਆ। ਪਰ ਜਦੋਂ ਇਹ ਸ਼ੁਰੂ ਹੋਈਆਂ ਸੀ ਉਹ ਮੁਗਲਾਂ ਦੇ ਟਾਈਮ ਤੋਂ ਸ਼ੁਰੂ ਹੋਈਆਂ ਸੀਗੀਆਂ ਤੇ ਉਦੋਂ ਕੁੜੀਆਂ ਨੂੰ ਚੱਕ ਕੇ, ਸੋਹਣੀਆਂ ਕੁੜੀਆਂ ਨੂੰ ਚੱਕ ਕੇ ਲੈ ਜਾਂਦੇ ਸੀ ਤੇ ਉਹ ਫਿਰ ਉਹਨਾਂ ਦਾ ਗਿੱਧਾ ਕਰਾਉਂਦੇ ਸੀ, ਜਸ਼ਨ ਕਰਾਉਂਦੇ ਸੀ, ਫਿਰ ਕਿਸੇ ਨਾਲ ਵਿਆਹ ਕਰ ਦਿੰਦੇ ਸੀ। ਪਰ ਬਾਅਦ ਵਿੱਚ ਉਹ ਜ਼ਮਾਨਾ ਰਿਹਾ, ਫਿਰ ਤਾਂ ਲੜਕੀਆਂ ਜਿਹੜੀਆਂ ਵਾ ਉਹ ਇਹਨੂੰ ਇੱਕ ਤਿਉਹਾਰ ਦੇ ਤੌਰ ਤੇ, ਇੱਕ ਧੀਆਂ ਤੇ ਤੀਆਂ ਦਾ ਮੇਲਾ ਸਮਝ ਕੇ, ਵੰਨ ਸਵੰਨੇ ਸੂਟ ਪਾ ਕੇ, ਵੰਗਾਂ ਚੜਾ ਕੇ ਆਪਣੇ ਪਿੰਡਾਂ ਵਿੱਚ ਜਿਹੜਾ ਵਾ ਉਹ ਕਲਚਰ ਨੂੰ ਮਨਾਉਂਦੀਆਂ ਰਹੀਆਂ। ਬੜੀ ਚਾਹਤ ਹੁੰਦੀ ਸੀ ਕੁੜੀਆਂ ਨੂੰ, ਜਿਹੜੀਆਂ ਸਹੁਰਿਆਂ ਤੋਂ ਆਈਆਂ ਕੁੜੀਆਂ ਆ, ਉਹਨਾਂ ਨੂੰ ਵੇਖਣ ਦੀ, ਉਹਨਾਂ ਦੇ ਸੂਟਾਂ ਨੂੰ ਵੇਖਣ ਦੀ, ਉਹਨਾਂ ਦੀਆਂ ਗੱਲਾਂ ਸੁਣਨ ਦੀ, ਪਿੱਪਲਾਂ ਤੇ ਪੀਂਘਾਂ ਪਾਉਣ ਦੀ, ਝੂਟਣ ਦੀ, ਰਲ ਮਿਲ ਬਹਿ ਗੱਲਾਂ ਕਰਨ ਦੀ, ਇੰਨੀਆਂ ਅਸੀਂ ਜਿਹੜੀਆਂ ਆਪਣੇ ਪਿੰਡ ਮਨਾਉਂਦੇ ਰਹੇ ਹਾਂ ਤੇ ਇੱਥੇ ਵੀ ਮੰਨਦੀਆਂ ਨੇ, ਇੱਥੇ ਵੀ ਜਾਂਦੇ ਆ ਤੇ ਬਹੁਤ ਸੋਹਣਾ ਲੱਗਦਾ ਆ, ਬਹੁਤ ਵਧੀਆ ਕਲਚਰ ਆ। ਚਲੋ ਤੁਸੀਂ ਆਪਣੀ ਫੁਲਕਾਰੀ ਦੀ ਚੁੰਨੀ ਤਿਆਰ ਕਰ ਲਓ, ਫਿਰ ਆਪਾਂ ਤੀਆਂ ਆਪਣੀ ਮਨਾ ਹੀ ਲੈਣੀਆਂ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿੱਟੀ ਬਾਲ ਜੀ। ਥੈਂਕ ਯੂ ਜੀ, ਥੈਂਕ ਯੂ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਸ਼ਰਨਜੀਤ ਜੀ, ਤੁਹਾਡੀ ਵਾਕਿਆ ਹੀ ਚੁੰਨੀ ਬੰਗਿਆਂ ਦੀ ਜਿਹੜੀ ਆ ਬਹੁਤ ਪਿਆਰੀ ਆ। ਬਹੁਤ ਮਿਹਰਬਾਨੀ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਇਹ ਸਨ ਸਾਡੇ ਕਿੱਟੀ ਬਾਲ ਜੀ, ਕਿੰਨੀਆਂ ਰੌਣਕਾਂ ਲਾ ਕੇ, ਕਿੰਨਾ ਸੋਹਣੇ ਬੋਲੀਆਂ ਪਾ ਕੇ ਗਏ। ਹਾਂਜੀ, ਔਰ ਦੇਖੋ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ, ਕਹਿੰਦੇ ਗਾਗਰ ਛੰਨਾ ਨੀ ਲੱਭਦਾ, ਸਾਰੀਆਂ ਗਿਣਤੀਆਂ। ਹਾਂ, ਚੱਕੀ ਨਾ ਕੋਈ ਅੱਜ ਕੱਲ ਚੱਕੀ ਪੀਂਦੀ ਹੈ, ਨਾ ਕੋਈ ਚਰਖਾ ਕੱਤਦੀ ਹੈ। ਹਾਂਜੀ, ਤੇ ਇੰਨੇ ਗੀਤ ਬੋਲੀਆਂ ਜਿਹੜੀਆਂ ਇਹਨਾਂ ਚੀਜ਼ਾਂ ਦੇ ਉੱਪਰ ਬਣੀਆਂ ਨੇ। ਇੱਕ ਗੱਲ ਮੈਂ ਕਿੱਟੀ ਭੈਣ ਜੀ ਨੂੰ ਦੱਸ ਦਵਾਂ, ਮੇਰੀ ਕਿਚਨ ਚ ਦੋ ਛੰਨੇ ਹੈਗੇ ਆ। ਅੱਛਾ, ਹਾਂਜੀ, ਕਹਿੰਦੇ ਨੇ, ਕਹਿੰਦੇ ਜਿਹੜੇ ਰੀਅਲ ਵਾਲੇ। ਤੁਹਾਨੂੰ ਉਹ ਯਾਦ ਹੈ ਕਿ ਪੁਰਾਣੇ ਪਿੰਡਾਂ ਦੇ ਵਿੱਚ ਕੜੀ ਵਾਲੇ ਗਲਾਸ ਹੁੰਦੇ ਸੀ? ਹਾਂਜੀ, ਕੜੀ ਵਾਲੇ ਗਲਾਸ। ਕਹਿਣਾ ਵੀ ਕੜੀ ਵਾਲੇ ਗਲਾਸ ਦੇ ਵਿੱਚ ਲੱਸੀ ਪੀਣੀ ਹੈ, ਜਾਂ ਮਤਲਬ ਕੱਚਾ ਦੁੱਧ ਕੜੀ ਵਾਲੇ ਗਲਾਸ ਚ ਪੀਣਾ। ਉਹਦੇ ਚ ਤਿੰਨ ਚਾਰ ਗਲਾਸ ਅੱਜ ਕੱਲ ਦੇ ਪੈ ਜਾਂਦੇ ਸੀ। ਹਾਂਜੀ, ਦੇਖੋ ਉਦੋਂ ਦੀਆਂ ਜਿਹੜੀਆਂ ਖੁਰਾਕਾਂ ਸਨ ਉਹ ਕਿੰਨੀਆਂ ਮਤਲਬ ਸਟਰੋਂਗ ਹੁੰਦੀਆਂ ਸੀ, ਔਰ ਪਚ ਵੀ ਜਾਂਦਾ ਸੀ ਸਾਰਾ, ਰੱਜ ਵੀ ਆਉਂਦਾ ਸੀ ਉਹਨਾਂ ਨਾਲ, ਸਬਰ ਸੀਗਾ ਆਪਣੇ ਘਰ ਦੇ ਖਾਣੇ ਵਿੱਚ, ਸਬਰ ਬਹੁਤ ਆ। ਹਾਲੇ ਵੀ ਤੁਸੀਂ ਅੱਜ ਵੀ ਘਰ ਦਾ ਖਾਣਾ ਬਣਾਓ, ਖਾਓ, ਉਹਦੇ ਚ ਬੜਾ ਸਬਰ ਆ। ਕਿਉਂਕਿ ਮੈਂ ਤੁਹਾਨੂੰ ਜਿੱਦਾਂ ਭੈਣ ਜੀ ਦੇ ਆਉਣ ਤੋਂ ਪਹਿਲਾਂ ਹੀ ਦੱਸਿਆ ਸੀ ਕਿ ਮੈਂ ਆਪਣੀਆਂ ਰੈਸਪੀਜ਼ ਆਪ ਕ੍ਰੀਏਟ ਕਰਦੀ ਹਾਂ, ਤੇ ਓਇਲ ਫਰੀ ਰੈਸਪੀਜ਼। ਤੁਸੀਂ ਵੈਜੀਟੇਬਲ ਵੀ, ਮੀਟ ਡਿਸ਼ਿਜ਼ ਵੀ ਸਾਰੀਆਂ ਤੁਸੀਂ ਓਇਲ ਤੋਂ ਬਗੈਰ ਪਕਾ ਸਕਦੇ ਹਾਂ। ਠੀਕ ਹੈ, ਚਲੋ ਦੱਸੋ ਫਿਰ ਕਿਸ ਤਰ੍ਹਾਂ ਬਣਾਉਂਦੇ ਹੋ ਤੁਸੀਂ, ਉਸ ਤੋਂ ਬਾਅਦ ਵੀ ਅਸੀਂ ਅਗਲੀ ਕਾਲ ਵੱਲ ਤੇਰੀ ਜਾਵਾਂਗੇ। ਜ਼ਰੂਰ, ਉਹਦੇ ਵਾਸਤੇ ਸਭ ਤੋਂ ਪਹਿਲਾਂ ਤੁਸੀਂ 1 ਕਿਲੋ ਗਾਰਲਿਕ ਲਸਣ ਲੈਣਾ ਆ, ਤੇ ਉਹਦੇ 'ਚ 4 ਲੈਮਨ ਦਾ ਜੂਸ ਕੱਢ ਕੇ ਪਾਉਣਾ, ਉਹਦੇ ਵਿੱਚ ਹੀ ਆਪਣਾ ਹਿਮਾਲਿਆ ਸਾਲਟ ਪਾਉਣਾ ਆ, ਪਾਕਿਸਤਾਨੀ ਲੂਣ ਵੀ ਕਹਿੰਦੇ ਆ ਉਹਨੂੰ। ਪਾਕਿਸਤਾਨੀ ਲੂਣ ਦਾ ਇਹ ਫਾਇਦਾ ਕਿ ਉਹਦੇ ਨਾਲ ਜਿਹੜੇ ਕਰੈਂਪਸ ਪੈਂਦੇ ਆ ਨਾ ਲੱਤਾਂ 'ਚ ਜਾਂ ਬਾਹਾਂ 'ਚ, ਏਜ ਦੇ ਹਿਸਾਬ ਨਾਲ ਉਹ ਨਹੀਂ ਪੈਣਗੇ, ਕਿਉਂਕਿ ਉਹਦੇ 'ਚ ਮੈਗਨੀਸ਼ੀਅਮ ਬਹੁਤ ਹਾਈ ਹੁੰਦੀ ਆ। ਮੈਗਨੀਸ਼ੀਅਮ ਹਾਈ ਹੁੰਦੀ, ਬਾਕੀ ਉਹਦੇ 'ਚ ਟੋਟਲ 33 ਵਿਟਾਮਿਨ ਹੁੰਦੇ ਆ ਜਿਹੜੇ ਤੁਹਾਡੀ ਬੋਡੀ ਲਈ ਬਹੁਤ ਜ਼ਰੂਰੀ ਆ, ਅਤੇ ਬੈਨੀਫਿਟ ਆ ਉਹਨਾਂ ਦਾ, ਅਸੀਂ ਉਹਦਾ ਬੈਨੀਫਿਟ ਦੇਖਿਆ ਵੀ ਆ। ਠੀਕ ਹੈ, ਫਿਰ ਉਹਦੇ 'ਚ ਤੁਸੀਂ ਜੀਰਾ ਭੁੰਨ ਕੇ ਪਾ ਦੇਣਾ, ਅਤੇ ਥੋੜ੍ਹੀ ਲਾਲ ਮਿਰਚ ਆਪਣੇ ਸਵਾਦ ਅਨੁਸਾਰ ਪਾ ਲੈਣੀ ਆ। ਠੀਕ ਹੈ, ਤੇ ਜੇ ਤਾਂ ਤੁਸੀਂ ਕੱਚਾ ਉਹਨੂੰ ਖਾਣਾ ਆ, ਕੱਚਾ ਜਿਹੜਾ ਉਹ ਫਲੂ ਵਗੈਰਾ ਨੂੰ ਫਾਈਟ ਕਰੂਗਾ, ਤੇ ਉਹਨੂੰ ਤੁਸੀਂ ਟੋਸਟ ਦੇ ਉੱਤੇ ਲਾ ਕੇ, ਨਾਨ ਦੇ ਉੱਪਰ ਲਾ ਕੇ, ਉੱਪਰ ਥੋੜ੍ਹੀ ਜਿਹੀ ਚੀਜ਼ ਪਾ ਕੇ ਖਾ ਸਕਦੇ ਆ। ਠੀਕ ਹੈ, ਹਰ ਇੱਕ ਸਬਜ਼ੀ ਨੂੰ ਤੁੜਕਾ ਤੁਸੀਂ ਇਹਦਾ ਹੀ ਲਾਣਾ।
ਜਾਨੀ ਨਾ ਪਿਆਜ਼ ਪਾਉਣਾ, ਤੁਸੀਂ ਪਾਓ ਪਿਆਜ਼ ਬਾਅਦ ਚ, ਲੇਕਿਨ ਇਹ ਜਿਹੜਾ ਪੇਸਟ ਬਣਿਆ ਨਾ, ਜਿਹੜਾ ਲੈਮਨ ਦਾ ਫਲੇਵਰ ਆ, ਉਹ ਹਰੇਕ ਚੀਜ਼ ਚ ਪਾਓਗੇ, ਤੁਹਾਡੀ ਚੀਜ਼ ਡਬਲ ਸਵਾਦ ਬਣਨੀ ਆ। ਜਾਨੀ ਤੁਸੀਂ ਇਹ ਕਹਿ ਰਹੇ ਹੋ ਕਿ ਤੇਲ ਨਹੀਂ ਪਾਉਣਾ, ਤੇਲ ਨਹੀਂ ਪਾਉਣਾ, ਘਿਓ ਪਾਉਣਾ, ਪੇਸਟ ਪਾ ਕੇ ਵਿੱਚ ਟਮਾਟਰ ਟਿਨ ਜਾਂ ਟਿਨ, ਅਸੀਂ ਬਿਲਕੁਲ ਟਿਨ ਨਹੀਂ ਯੂਜ ਕਰਦੇ ਕਿਉਂਕਿ ਟਿਨ ਦੇ ਵਿੱਚ ਮੈਟਲ ਆ ਜਾਂਦਾ ਆ, ਤੇ ਅਸੀਂ ਜਾਂ ਪਸਾਟਾ ਜਾਂ ਫਰੈਸ਼ ਟਮਾਟੋ ਜ਼ਿਆਦਾ ਯੂਜ ਕਰਦੇ। ਮਤਲਬ ਪਤੀਲੇ ਦੇ ਵਿੱਚ ਸਿੱਧਾ ਹੀ ਤੁਸੀਂ ਗਾਰਲਿਕ ਪੇਸਟ ਪਾ ਦੇਣਾ, ਉਸ ਤੋਂ ਬਾਅਦ ਵਿੱਚ ਨਮਕ ਪਾ ਲਿਆ ਜਿਵੇਂ ਤੁਸੀਂ ਕਿਹਾ ਜੀ, ਪਾਕਿਸਤਾਨੀ ਨਮਕ ਜਾਂ ਹਿਮਾਲਿਆ ਨਮਕ ਜਿਹੜਾ ਤੁਸੀਂ, ਹਾਂਜੀ ਇਹਦੇ ਵਿੱਚ ਪਾਕਿਸਤਾਨੀ ਨਮਕ ਤੇ ਹਿਮਾਲਿਆ ਨਮਕ ਇੱਕੋ ਹੀ ਚੀਜ਼ ਆ। ਅੱਛਾ, ਉਹਦੇ ਵਿੱਚ ਸਾਰਾ ਪਹਿਲੇ ਪੇਸਟ ਬਣਾ ਕੇ ਰੱਖ ਲਓ, ਜਦੋਂ ਵੀ ਕੋਈ ਵੀ ਸਬਜ਼ੀ ਬਣਾਉਣੀ ਆ ਪੇਸਟ ਕੱਢੋ ਫਰਿੱਜ ਚੋਂ, ਆਪਣੀ ਕੜਛੀ ਅੱਧੀ ਉਹਦੇ ਵਿੱਚ ਪਾ ਦਿਓ, ਨੋਨ ਸਟਿਕ ਪੈਨ ਦੇ ਵਿੱਚ ਪਾ ਦਿਓ, ਟਮਾਟਰ ਪਾ ਦਿਓ, ਇੰਨਾ ਕੁ ਪਾਣੀ ਪਾ ਕੇ ਉਹਨੂੰ ਭੁੰਨ ਲਓ ਮਸਾਲੇ ਨੂੰ, ਵਿੱਚ ਪਿਆਜ਼ ਪਾ ਦਿਓ, ਅਦਰਕ ਪਾ ਦਿਓ, ਹਰੀ ਮਿਰਚ ਪਾ ਦਿਓ, ਚਲੋ ਤੁਹਾਡਾ ਮਸਾਲਾ ਤਿਆਰ। ਹਲਦੀ ਪਾ ਲਈ। ਮਤਲਬ ਤੁਸੀਂ ਸੁੱਕੀ ਸਬਜ਼ੀ ਵੀ ਬਣਾ ਸਕਦੇ ਹੋ ਤੇ ਤਰੀ ਵਾਲੀ ਵੀ, ਜਿਹੜੀ ਮਰਜ਼ੀ, ਜਿਹੜੀ ਮਰਜ਼ੀ ਸਬਜ਼ੀ, ਕਿਉਂਕਿ ਲੈਮਨ ਦਾ ਜਿਹੜਾ ਵਿੱਚ ਟੇਸਟ ਆ, ਇੱਕ ਤਾਂ ਤੁਹਾਨੂੰ ਪਤਾ ਲੈਮਨ ਤਾਂ ਵੈਸੇ ਹੀ ਹਰ ਇੱਕ ਡਿਸ਼ ਵਿੱਚ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਜਿਹੜਾ ਇਮਿਊਨ ਸਿਸਟਮ ਨੂੰ ਫਾਈਟ ਕਰਦਾ ਲੈਮਨ। ਵੇਖ ਲਓ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਕੀ ਪਰੋਸ ਕੇ ਦੇ ਰਹੇ ਹਾਂ, ਨਾਲੇ ਤੀਆਂ ਵੀ ਮਨਾ ਰਹੇ ਹਾਂ, ਧੀਆਂ ਨੂੰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਨਵਾਈਟ ਕਰ ਰਹੇ ਹਾਂ ਕਿ ਉਹ ਟੈਲੀਫੋਨ ਕਾਲਸ ਦੇ ਜ਼ਰੀਏ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ, ਪਰ ਸਾਡੇ ਕੋਲ ਹੁਣ ਬਿਲਕੁਲ ਥੋੜ੍ਹਾ ਜਿਹਾ ਵਕਤ ਬਾਕੀ ਹੈ ਅਤੇ ਅਸੀਂ ਫਿਰ ਬ੍ਰੇਕ ਵੱਲ ਜਾਣਾ ਹੈ। ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਇਸ ਟਾਈਮ ਫੇਸਬੁੱਕ ਲਾਈਵ 'ਤੇ ਵੀ ਦੇਖ ਰਹੇ ਹੋ, ਅਕਾਲ ਚੈਨਲ ਦਾ ਪ੍ਰੋਗਰਾਮ, ਅਕਾਲ ਚੈਨਲ ਦਾ ਜਿਹੜਾ ਪੇਜ ਹੈ ਉਸਨੂੰ ਲਾਈਕ ਕਰੋਗੇ ਤਾਂ ਤੁਸੀਂ ਸਾਡੇ ਜਿਹੜੇ ਪ੍ਰੋਗਰਾਮ ਨੇ ਉਹ ਫੇਸਬੁੱਕ ਲਾਈਵ 'ਤੇ ਦੇਖ ਸਕਦੇ ਹੋ। ਕਿਧਰੇ ਵੀ ਤੁਸੀਂ ਜਾਣਾ ਨਹੀਂ, ਅਸੀਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ ਜੀ, ਮਿਲਦੇ ਹਾਂ। 106 ਦੇਸ਼ਾਂ ਵਿੱਚ ਦੇਖੇ ਜਾ ਰਹੇ ਅਕਾਲ ਚੈਨਲ ਦੇ ਕੋਲ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਲਾਈਵ ਜਾਂ ਡੀ ਲਾਈਵ ਕਰਨ ਦੀ ਪੂਰੀ ਟੈਕਨੋਲੋਜੀ ਮੌਜੂਦ ਹੈ। ਤੁਹਾਡਾ ਸਾਰਾ ਪ੍ਰੋਗਰਾਮ ਹਾਈ ਡੈਫੀਨੇਸ਼ਨ ਤੇ ਕਵਰ ਕੀਤਾ ਜਾਵੇਗਾ। ਜੇ ਤੁਸੀਂ ਗੁਰੂ ਮਹਾਰਾਜ ਦੇ ਪੈਗਾਮ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਸੰਪਰਕ ਕਰੋ 0770274890 6 ਤੇ। ਲਿਵਿੰਗ ਦੀ ਗੱਲ ਕਰ ਰਹੇ ਹਾਂ, ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਕਮਿਊਨਿਟੀ ਚੈਂਪੀਅਨ, ਜੀ ਹਾਂ, ਸ਼ਰਨਜੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ। ਬਹੁਤ ਮਿਹਰਬਾਨੀ ਭੈਣ ਜੀ, ਤੁਹਾਡੀ ਗਾਰਲਿਕ ਵਾਲੀ ਜਿਹੜੀ ਰੈਸਪੀ ਹੈ ਲੈਮਨ ਵਾਲੀ, ਉਹ ਤਾਂ ਮੈਂ ਯਾਦ ਹੀ ਕਰ ਲਈ ਹੈ। ਉਹ ਤਾਂ ਰੋਜ਼ ਖਾਣੀ ਚਾਹੀਦੀ, ਕਦੀ ਗੋਡੇ ਗਿੱਟੇ ਨਹੀਂ ਦੁਖਣਗੇ, ਕਦੀ ਮੋਢੇ ਨਹੀਂ ਦੁਖਣਗੇ। ਇੱਕ ਤਾਂ ਵੈਸੇ ਸਾਡੀਆਂ ਔਰਤਾਂ ਦੇ ਗੋਡੇ ਗਿੱਟੇ ਹੀ ਹਿੱਲੇ ਰਹਿੰਦੇ ਨੇ ਜਦ ਬਾਹਰ ਨਹੀਂ ਨਿਕਲਦੇ। ਕਹਿੰਦੇ ਆ ਵੀ ਕੋਈ ਨਾ ਕੋਈ ਜਿੱਦਾਂ ਚੂਲ ਵਿੰਗੀ ਰਹਿੰਦੀ ਆ, ਕੁਛ ਨਾ ਕੁਛ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ, ਕਦੀ ਆਹ ਚੀਜ਼ ਦੁਖਦੀ ਹੈ, ਕਦੀ ਉਹ ਚੀਜ਼ ਦੁਖਦੀ ਹੈ, ਇੱਦਾਂ ਹੁੰਦਾ ਹੀ ਰਹਿੰਦਾ ਹੈਗਾ। ਉਹ ਤਾਂ ਜਦੋਂ ਨੂੰਹ ਆ ਗਈ ਤਾਂ ਤੇ ਸੱਸ ਜਾਂ ਮਾਂ ਕਹਿੰਦੀ ਹੁਣ ਮੈਂ ਬਹਿ ਹੀ ਜਾਵਾਂ, ਬਹਿ ਕੇ ਤੁਸੀਂ ਕੀ ਕਰਨਾ, ਉਹਨਾਂ ਦੇ ਬਰਾਬਰ ਤੁਸੀਂ ਕੰਮ ਕਰੋ, ਜਿੰਨੀ ਦੇਰ ਦੇ ਚੱਲਦੀ ਆ ਓਨੀ ਦੇਰ ਤਾਂ ਚਲਾਓ। ਫੈਸ਼ਨ ਤਾਂ ਪੂਰਾ ਆਪਾਂ ਕਰਦੇ ਆ, ਬੋਡੀ ਨੂੰ ਵੀ ਸੈੱਟ ਰੱਖਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਆਪਾਂ ਫੈਸ਼ਨ ਕਰਦੇ ਆ, ਕਿਉਂਕਿ ਤੁਹਾਡੀ ਲੁੱਕ ਜਿਹੜੀ ਆ ਉਹ ਬਹੁਤ ਮਾਇਨੇ ਰੱਖਦੀ ਹੈਗੀ ਆ। ਤੁਹਾਡੀਆਂ ਭੈਣ ਜੀ ਗੱਲਾਂ ਸਿੱਧੀਆਂ ਸਿੱਧੀਆਂ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ, ਬਹੁਤ ਮਿਹਰਬਾਨੀ। ਤੁਸੀਂ ਹਮੇਸ਼ਾ ਏਦਾਂ ਸਿੱਧੀਆਂ ਸਿੱਧੀਆਂ ਗੱਲਾਂ ਕਰਦੇ ਹੋ। ਸਿੱਧੀਆਂ ਗੱਲਾਂ ਤਾਂ ਕਰਦੀ, ਹੁਣ ਮੈਂ ਤੁਹਾਡੇ ਤੇ ਗੱਲ ਲੱਗੀ ਲਿਆਉਣ। ਹਾਂਜੀ, ਹੁਣ ਤੁਹਾਡੀ ਵਾਰੀ ਆ ਗਈ। ਅੱਛਾ ਅੱਛਾ, ਅੱਜ ਤੀਆਂ ਦਾ ਦਿਨ ਸੀ ਤੇ ਤੁਹਾਨੂੰ ਕੋਈ ਗੂੜਾ ਰੰਗ ਦਾ ਸੂਟ ਨਹੀਂ ਲੱਭਾ, ਤੁਸੀਂ ਲਾਲ ਤੇ ਗੁਲਾਬੀ ਜਾ ਕੇ ਵਡੇਪੇ ਚ ਪਾਣੀ ਆ, ਪਹਿਲਾਂ ਇਹ ਦੱਸੋ ਮੈਨੂੰ। ਮੇਰੀ ਗੱਲ ਸੁਣੋ ਜੀ, ਮੈਂ ਨਾ ਸੋਚ ਰਹੀ ਸੀ ਜਦੋਂ ਇੱਕ ਗੁਲਾਬ ਦਾ ਫੁੱਲ ਹੁੰਦਾ ਖਿੜਿਆ ਹੁੰਦਾ, ਹਾਂਜੀ ਠੀਕ ਹੈ, ਤੇ ਉਹਦੇ ਨਾਲ ਕੋਈ ਨਾ ਕੋਈ ਕੰਡਾ ਵਿਧਾਉਣਾ ਚਾਹੀਦਾ ਕਿ ਨਹੀਂ? ਨਹੀਂ, ਉਹਦੇ ਨਾਲ ਇੱਕੋ ਜਿਹੇ ਹੋਰ ਫੁੱਲ ਖਿੜ ਜਾਵੇ ਨਾ, ਉਹਨੂੰ ਕੰਪਨੀ ਮਿਲ ਜਾਂਦੀ ਹੈ, ਕੋਈ ਗੱਲ ਕਰਨ ਨੂੰ ਹੋਣਾ ਚਾਹੀਦਾ। ਤੁਸੀਂ ਅੱਜ ਬਹੁਤ ਸੋਹਣੇ ਸੂਟ ਪਾ ਕੇ ਆਏ ਹੋ, ਤੇ ਮੈਨੂੰ ਇਹ ਮੇਰਾ ਨਾ ਕਈ ਵਾਰੀ ਮਾਇੰਡ ਹੀ ਹੁੰਦਾ ਵੀ ਅੱਜ ਮੈਨੂੰ ਫਿੱਕੇ ਕਲਰ ਬਹੁਤ ਪਸੰਦ ਨੇ,
ਠੀਕ ਆ ਮੈਨੂੰ ਚਿੱਟਾ ਰੰਗ ਬਹੁਤ ਪਸੰਦ ਹੈ ਮੈਨੂੰ ਕਰੀਮ ਬੜਾ ਪਸੰਦ ਹੈ ਮੈਂ ਵੀ ਚਿੱਟਾ ਲਾ ਕੇ ਆ ਪਾ ਕੇ ਆਈ ਆ ਕਲਰ ਫਿੱਕਾ ਰੰਗ ਪਾਉਣੀ ਆ ਮੈਨੂੰ ਇਦਾਂ ਲੱਗਦਾ ਕਿ ਜਿਵੇਂ ਬਹੁਤ ਸ਼ਾਂਤੀ ਮਿਲ ਰਹੀ ਹੈ ਪਰ ਤੁਹਾਡੇ ਦੇਖੋ ਜਿਹੜਾ ਹੁਣ ਤੁਹਾਡਾ ਰੰਗ ਹੈ ਇਹ ਜ਼ਿਆਦਾ ਉਗੜ ਕੇ ਅੱਗੇ ਆਇਆ ਹਾਂਜੀ ਜਿਦਾ ਜਿਦਾ ਫੁੱਲ ਸਰੋਂ ਦਾ ਹੁੰਦਾ ਬਿਲਕੁਲ ਪਰ ਮੈਂ ਤੁਹਾਡੀ ਗੱਲ ਮੰਨ ਲਈ ਹੈ ਵੀ ਹੁਣ ਮੈਂ ਅਗਲੀ ਵਾਰੀ ਗੂੜਾ ਰੰਗ ਹੀ ਪਾ ਕੇ ਆਵਾਂ ਕਿਉਂਕਿ ਇੱਕ ਉਮਰ ਹੁੰਦੀ ਆ ਤੁਸੀਂ ਗੂੜੇ ਰੰਗ ਹੁਣ ਤੁਹਾਡਾ ਖਿਲਣ ਦਾ ਟਾਈਮ ਆ ਤੀਆਂ ਦਾ ਟਾਈਮ ਆ ਅੱਜ ਜਿੱਦਾਂ ਦਾ ਤਿਉਹਾਰ ਆ ਨਾ ਓਦਾਂ ਦੇ ਤੁਹਾਨੂੰ ਬਣਨਾ ਚਾਹੀਦਾ ਬਿਲਕੁਲ ਠੀਕ ਆ ਔਰ ਦੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਔਰ ਕੀ ਗੱਲ ਕਰਨਾ ਚਾਹੁੰਦੇ ਨੇ ਹੈਲੋ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਕੌਣ ਬੋਲ ਰਹੇ ਹੋ ਜੀ ਮੈਂ ਮਿਸ ਡੋਲ ਬੋਲਦੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਪੰਜੋ ਭੈਣ ਜੀ ਉਹਨਾਂ ਨੇ ਕੀ ਕਿਹਾ ਗਿੱਟੇ ਗੋਡੇ ਕਰਨਾ ਨਹੀਂ ਦੁਖੋਗੇ ਉਹ ਰਿਪੀਟ ਕਰਿਓ ਪਲੀਜ਼ ਲਓ ਜੀ ਕਰੋ ਜੇ ਤੁਸੀਂ ਉੱਠ ਕੇ ਤੁਰੋਗੇ ਬੈਠੋਗੇ ਨੀ ਤਿੰਨ ਤਿੰਨ ਘੰਟੇ ਤੋਂ ਵੱਧ ਇੱਕ ਘੰਟੇ ਤੋਂ ਵੱਧ ਬੈਠਣਾ ਨਹੀਂ ਆ ਉੱਠ ਕੇ ਤੁਰਨਾ ਫਿਰਨਾ ਜ਼ਰੂਰੀ ਆ ਭੈਣ ਜੀ ਉਹ ਤਾਂ ਕਰਦੇ ਆ ਹਾਂਜੀ ਉਹ ਕਰਦੇ ਆ ਤੇ ਦਿਹਾੜੀ ਦੇ 3000 ਸਟੈਪ ਤਾਂ ਆਪਾਂ ਨੂੰ ਤੁਰਨਾ ਚਾਹੀਦਾ ਤੇ ਜੇ ਆਪਾਂ 1000 ਚੱਲ ਕੇ ਬੈਠ ਜਾਂਦੇ ਹਾਂ ਅਸੀਂ ਕਹਿੰਦੇ ਅਸੀਂ ਅੱਜ ਲਈ ਕਰ ਲਿਆ ਉਹ ਪੂਰਾ ਨਹੀਂ ਆ ਜਿੰਨਾ ਕੁ ਖਾਣਾ ਜ਼ਰੂਰੀ ਆ ਓਨਾ ਕੁ ਐਕਸਰਸਾਈਜ਼ ਭੈਣ ਜੀ ਬਹੁਤ ਜ਼ਰੂਰੀ ਹੈਗੀ ਆ ਤੇ ਓਨੀ ਲੁੱਕ ਜ਼ਰੂਰੀ ਆ ਓਨੇ ਹੀ ਕੱਪੜੇ ਪਾਉਣੇ ਜ਼ਰੂਰੀ ਆ ਇਹ ਜੰਮੇ ਹੀ ਏਦਾਂ ਸੀ ਇਹ ਜੰਮੇ ਹੀ ਸਲਿਮ ਲਾਈਨ ਚ ਸੀ ਭਾਰਤਾ ਭੈਣ ਜੀ ਆਪਾਂ ਨੂੰ ਘਟਾਉਣਾ ਪੈਂਦਾ ਪਾਉਂਡ ਵੱਧ ਜਾਂਦਾ ਜਾਂ 5 ਕੁ ਪਾਉਂਡ ਘੱਟ ਜਾਂਦਾ ਓਹਦੇ ਵਿੱਚ ਰਹਿੰਦਾ ਮੈਨੂੰ ਲੱਗਦਾ ਤੁਸੀਂ ਐਨਕਾਂ ਚੇਂਜ ਕੀਤੀਆਂ ਹੋਣੀਆਂ ਉਹ ਇਹਨਾਂ ਦੀ ਪਰਸਨੈਲਿਟੀ ਏਦਾਂ ਹੀ ਕਹਿੰਦੀ ਆ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਭੈਣ ਜੀ ਗਾਰਲਿਕ ਦਾ ਪੇਸਟ ਤੁਸੀਂ ਬਣਾ ਕੇ ਵਿੱਚ ਲੈਮਨ ਤੇ ਪਿੰਕ ਸਾਲਟ ਪਾ ਕੇ ਥੋੜਾ ਜੀਰਾ ਭੁੰਨ ਕੇ ਲਾਲ ਮਿਰਚ ਪਾ ਕੇ ਉੱਤੋਂ ਜੀ ਜੇ ਤੁਸੀਂ ਅਲਸੀ ਦਾ ਤੇਲ ਪਾ ਲਓਗੇ ਨਾ ਉਹ ਖਾਣ ਵਾਸਤੇ ਕੱਚਾ ਖਾਣ ਵਾਸਤੇ ਬਹੁਤ ਅੱਛਾ ਆ ਅੱਛਾ ਜੀ ਮਿਹਰਬਾਨੀ ਭੈਣ ਜੀ ਥੈਂਕ ਯੂ ਵੈਰੀ ਮਚ ਮੈਂ ਇੱਕ ਗੱਲ ਸ਼ਰਨਜੀਤ ਜੀ ਜ਼ਰੂਰ ਕਹਿਣਾ ਚਾਹੁੰਦੀ ਹਾਂ ਜਿਹੜੀ ਕਿਉਂਕਿ ਜਿਹੜਾ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਇੱਕ ਲਾਈਟ ਹਾਰਟਡ ਗੱਲਬਾਤ ਕਰ ਰਹੇ ਹਾਂ ਤੇ ਜੇ ਤੁਹਾਨੂੰ ਸ਼ੋਰ ਨਹੀਂ ਹੈਗਾ ਜੇ ਤੁਹਾਡੀ ਸਿਹਤ ਠੀਕ ਨਹੀਂ ਹੈਗੀ ਤਾਂ ਤੁਸੀਂ ਪਲੀਜ਼ ਡਾਕਟਰ ਦੀ ਸਲਾਹ ਲੈ ਕੇ ਕੋਈ ਅਲੱਗ ਜਿਹੜੀ ਡਾਇਟ ਹੈ ਉਹ ਤੁਸੀਂ ਕਰਨੀ ਹੈ ਮਤਲਬ ਸਿਰਫ ਸਾਡੀ ਸਲਾਹ ਕਰਕੇ ਨਹੀਂ ਕਰ ਲੈਣੀ ਡਾਕਟਰ ਕੋਲ ਜਾਣਾ ਤਾਂ ਬਹੁਤ ਜ਼ਰੂਰੀ ਆ ਅਸੀਂ ਇਸ ਚੀਜ਼ ਦੀ ਕੋਈ ਮਤਲਬ ਜਿਹੜਾ ਚੈਨਲ ਹੈ ਜਾਂ ਪ੍ਰੋਗਰਾਮ ਹੈ ਇਸ ਚੀਜ਼ ਦੀ ਰਿਸਪੋਨਸਿਬਿਲਟੀ ਨਹੀਂ ਲੈ ਰਿਹਾ ਹੈਗਾ ਸੋ ਇਟਸ ਵੈਰੀ ਇੰਪੋਰਟੈਂਟ ਦੈਟ ਯੂ ਐਕਚੁਅਲੀ ਕੰਸਲਟ ਯੋਰ ਡਾਕਟਰ ਫਸਟ ਬਿਫੋਰ ਟ੍ਰਾਇੰਗ ਐਨੀ ਨਿਊ ਫੂਡ ਐਨੀ ਨਿਊ ਐਕਸਰਸਾਈਜ਼ ਹਾਂਜੀ ਹੁਣ ਦੱਸੋ ਜੀ ਹਾਂਜੀ ਉਹ ਹੈਗਾ 1 ਕਿਲੋ ਗਾਰਲਿਕ ਲੈ ਕੇ 4 ਲੈਮਨ ਦਾ ਜੂਸ ਕੱਢ ਕੇ ਉਹ ਗਾਰਲਿਕ ਨੂੰ ਗ੍ਰਾਇੰਡ ਕਰਨਾ ਲੈਮਨ ਦਾ ਜੂਸ ਪਾ ਕੇ ਵਿੱਚ ਜਾਂ 2 ਵੱਡੇ ਚਮਚੇ ਪੈ ਜਾਣਗੇ 2.5 ਵੀ ਪੈ ਸਕਦੇ ਆ ਆਪਣੇ ਸਵਾਦ ਅਨੁਸਾਰ ਉਹ ਨਮਕ ਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਇਹ ਫ੍ਰਿਜ ਚ ਰੱਖ ਲਓ ਇਹਦੇ ਚ ਫਿਰ ਤੁਸੀਂ ਜੇ ਅਲਸੀ ਦਾ ਤੇਲ ਪਾ ਲਓ ਜੀਰਾ ਭੁੰਨ ਕੇ ਪਾ ਲਓ ਲਾਲ ਮਿਰਚ ਪਾ ਲਓ ਜਾਂ ਕਾਲੀ ਪਾਣੀ ਕਾਲੀ ਪਾ ਲਓ ਜੇ ਅਲਸੀ ਦਾ ਤੇਲ ਪਾ ਲਓ ਅਲਸੀ ਦਾ ਤੇਲ ਮਤਲਬ ਜਿਹੜਾ ਗਾਰਲਿਕ ਹੈ ਨਾ ਉਹ ਤੁਹਾਨੂੰ ਸਟਿੰਗ ਨਹੀਂ ਕਰੇਗਾ ਲੱਗੇਗਾ ਨਹੀਂ ਜਲਣ ਨਹੀਂ ਕਰੇਗਾ ਅਲਸੀ ਦਾ ਤੇਲ ਤਾਂ ਪਾਈਦਾ ਵੈਸੇ ਵੀ ਅਲਸੀ ਦਾ ਤੇਲ ਜਿਹੜਾ ਗੋਡਿਆਂ ਵਾਸਤੇ ਬਹੁਤ ਚੰਗਾ ਜਿਹਨਾਂ ਨੂੰ ਹਵਾ ਭਰਦੀ ਆ ਉਹ ਸੈਸਮੀ ਆਪਣੇ ਤਿਲਾਂ ਦਾ ਤੇਲ ਪਾ ਲੈਣ ਜਿਹਨਾਂ ਨੂੰ ਕੁਛ ਵੀ ਨਹੀਂ ਚਾਹੀਦਾ ਉਹ ਓਲਿਵ ਓਇਲ ਪਾ ਲੈਣ ਤੇ ਤੁਹਾਡੇ ਵਰਗੇ ਜਿਹੜੇ ਸਜੇ ਰਹਿੰਦੇ ਆ ਉਹਨਾਂ ਨੂੰ ਤਾਂ ਕੁਛ ਵੀ ਨਹੀਂ ਖਾਣ ਦੀ ਲੋੜ ਥੈਂਕ ਯੂ ਵੈਰੀ ਮਚ ਤੇ ਹੁਣ ਮੈਨੂੰ ਲੱਗਦਾ ਨੈਕਸਟ ਕਾਲਰ ਵੀ ਸਾਡੇ ਆ ਚੁੱਕੇ ਆ ਜੀ ਉਹਨਾਂ ਨਾਲ ਗੱਲ ਕਰਦੇ ਆ ਹੈਲੋ ਜੀ ਜੀ ਆਇਆਂ ਨੂੰ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਏ ਬਿਲਕੁਲ ਠੀਕ ਠਾਕ ਜੀ ਕੌਣ ਬੋਲ ਰਹੇ ਹੋ ਬਸ ਸ਼ੁਕਰ ਏ ਮੈਂ ਸਰਿੰਦਰ ਸਿੰਘ ਬੈਲਜੀਅਮ ਤੋਂ ਬੋਲ ਰਿਹਾ ਵਾਂ ਹਾਂਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦਾ ਤੁਸੀਂ ਕੜੀ ਵਾਲਾ ਗਲਾਸ ਬੋਲ ਰਹੇ ਹੋ ਕੰਗਣੀ ਵਾਲਾ ਗਲਾਸ ਹਾਂਜੀ ਕੜੀ ਵਾਲਾ ਵੀ ਹੁੰਦਾ ਤੇ ਕੰਗਣੀ ਵਾਲਾ ਦੋਨੇ ਇੱਕੋ ਹੀ ਚੀਜ਼ ਨਹੀਂ ਕੰਗਣੀ ਵਾਲਾ ਗਲਾਸ ਤੇ ਲੱਸੀ ਦਾ ਹਾਂਜੀ ਸੋਰੀ ਮਾਫ ਕਰਨਾ ਸਾਡੇ ਮੈਂ ਬਜ਼ੁਰਗਾਂ ਵੈਸੇ ਹਾਂਜੀ 65 ਸਾਲ ਦਾ ਹੋ ਗਿਆ ਵਾ ਕੜੀ ਵਾਲਾ ਗਲਾਸ ਤੇ ਕੜੀ ਵਾਲਾ ਗਲਾਸ ਤੇ ਕੜੀ ਹੁੰਦੀ ਹੈ ਨਾ ਕੜੀ ਵਾਲਾ
ਠੀਕ ਠੀਕ ਨਹੀਂ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੁਸੀਂ ਮਿਹਰਬਾਨੀ ਤੁਹਾਡੀ ਪੂਰੀ ਤੁਸੀਂ ਆ ਕੇ ਸਾਨੂੰ ਦੱਸਿਆ ਕਿ ਕੜੀ ਇੱਕ ਕੰਗਣੀ ਵਾਲਾ ਗਲਾਸ ਹੁੰਦਾ ਇੱਕ ਕੜੀ ਵਾਲਾ ਗਲਾਸ ਦੋ ਕੜੀ ਵਾਲਾ ਨੀ ਕੜੀ ਵਾਲਾ ਗਲਾਸ ਕੜੀ ਵਾਲਾ ਹਾਂਜੀ ਕੜੀ ਵਾਲਾ ਤੇ ਜਦੋਂ ਕੜੀ ਭਰ ਕੇ ਮਿਲੂਗੀ ਫੇਰ ਹੀ ਕੜੀ ਵਾਲਾ ਬਣਨਾ ਨਾ ਕੜੀ ਵਾਲਾ ਗਲਾਸ ਇਹ ਸਾਡਾ ਪੰਜਾਬੀ ਬੋਲਣ ਦਾ ਅਲੱਗ ਅਲੱਗ ਢੰਗ ਹੈ ਮੈਂ ਇੱਥੇ ਥੋੜੀ ਫਨੀ ਗੱਲ ਸੁਣਾਉਂਦੀ ਹਾਂ ਹਾਂਜੀ ਸਾਡੀ ਬੈਕਗ੍ਰਾਉਂਡ ਹੈਗੀ ਸਿਆਲਕੋਟੀਆਂ ਦੀ ਅੱਛਾ ਜੀ ਤੇ ਮੇਰੇ ਜਿਹੜੇ ਸਹੁਰੇ ਆ ਉਹ ਹੈਗੇ ਨੇ ਮਤਲਬ ਦੁਆਬੀਏ ਅੱਛਾ ਜੀ ਤੇ ਮੇਰੀ ਸੱਸ ਹੁਣੀ ਮੇਰੇ ਨਾਨਕੇ ਚਲ ਗਏ ਫੇਰ ਤਾਂ ਮੈਂ ਵੀ ਦੁਆਬੀਆਂ ਚ ਗਈ ਉਹ ਨਾਨਕੇ ਚਲ ਗਿਆ ਤਾਂ ਬਹੁਤ ਖਵਾਇਆ ਮੇਰੀਆਂ ਮਾਮੀਆਂ ਨੇ ਬੜੀ ਮੇਰੀ ਸੱਸ ਦੀ ਸੇਵਾ ਕੀਤੀ ਤੇ ਉਹ ਕਹਿੰਦੇ ਵੀ ਮੇਰੀ ਮਾਮੀਆਂ ਕਹਿੰਦੀਆਂ ਜਿਹੜਾ ਦਾਬੜਾ ਫੜਾਈ ਸਾਡੇ ਦਾਬੜਾ ਕਹਿੰਦੇ ਲੁਹਾਂਡੇ ਨੂੰ ਜਿਹ ਚ ਭਾਂਡੇ ਧੋਈਦੇ ਨੇ ਠੀਕ ਮੇਰੀ ਸੱਸ ਕਹਿੰਦੀ ਵੀ ਮੈਂ ਖਾਣਾ ਵੀ ਖਾ ਲਿਆ ਤੇ ਬਾਅਦ ਚ ਮਿੱਠਾ ਵੀ ਖਾ ਲਿਆ ਵੀ ਹੁਣ ਦਾਬੜਾ ਵੀ ਖਵਾਉਣਗੇ ਸਾਨੂੰ ਕੀ ਹੋਇਆ ਦਾਬੜਾ ਮੇਰੇ ਖਿਆਲ ਚ ਦੁਆਬੀਆ ਜਿਹੜੇ ਹੈਗੇ ਆ ਉਹ ਦਾਬੜੀ ਨੂੰ ਮੇਰੇ ਖਿਆਲ ਚ ਕੋਈ ਖਾਣ ਵਾਲੀ ਚੀਜ਼ ਨੂੰ ਕਹਿੰਦੇ ਪੰਜੀਰੀ ਨੂੰ ਕਹਿੰਦੇ ਪੰਜੀਰੀ ਨੂੰ ਕਹਿੰਦੇ ਜਿਹੜੀ ਕਿ ਬੱਚੇ ਵਾਲੀ ਮਾਂ ਵਾਸਤੇ ਸ਼ਿਲੇ ਚ ਬਣਾਈ ਜਾਂਦੀ ਉਹਨੂੰ ਦਾਬੜਾ ਮੇਰੇ ਸਾਸੂ ਮਾਂ ਡਰ ਗਿਆ ਕਿ ਹੁਣ ਦਾਬੜਾ ਵੀ ਖਾਣਾ ਪੈਣਾ ਮਿਲਦੇ ਹਾਂ ਅਸੀਂ ਨੈਕਸਟ ਕਾਲਰ ਨੂੰ ਔਰ ਦੇਖਦੇ ਹਾਂ ਸਾਡੇ ਨਾਲ ਕੀ ਗੱਲ ਕਰਦੇ ਨੇ ਹੈਲੋ ਜੀ ਜੀ ਆਇਆਂ ਨੂੰ ਹੈਲੋ ਜੀ ਸਤਿ ਸ਼੍ਰੀ ਅਕਾਲ ਰੂਪ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਜੀ ਹਾਂਜੀ ਮੈਂ ਟੀਵੀ ਨਾ ਹੋਏ ਲਾਇਆ ਸੀ ਭੈਣ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਮੇਰੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਹਾਂਜੀ ਤੋਂ ਮੈਂ ਟੀਵੀ ਹੁਣੇ ਮੈਂ ਆਨ ਕੀਤਾ ਤੇ ਭੈਣ ਜੀ ਦੱਸਣ ਲੈ ਹੀ ਲਸਣ ਵਾਲਾ ਇੱਕ ਵੀ ਕਿਸ ਬਾਰੇ ਦੱਸਿਆ ਚਲੋ ਅੱਜ ਲਸਣ ਪ੍ਰਧਾਨ ਹੋ ਗਿਆ ਸਾਡੀ ਕੋਈ ਪੁੱਛ ਗਿੱਛ ਦੀ ਜ਼ਰੂਰ ਦੱਸੋ ਮੈਨੂੰ ਚਾਹੀਦੀ ਹੈ ਟੋਟਕਾ ਜਿਹੜਾ ਤੁਸੀਂ ਦੱਸਣ ਲੈ ਬੰਦ ਕਰਦੀ ਆ ਬਾਰ ਬਾਰ ਉਹੀ ਗੱਲ ਕਰਦੇ ਅੱਜ ਤੁਸੀਂ ਤੀਆਂ ਮਨਾ ਲਈਏ ਤਾਂ ਚੰਗੀ ਗੱਲ ਹੈ ਮੈਨੂੰ ਵੀ ਇਹੀ ਗੱਲ ਲੱਗਦੀ ਹੈ ਲਸਣ ਦੀ ਮੂੰਹ ਚੋਂ ਬੋਈ ਆਈ ਜਾਣੀ ਹੈ ਦੇਖੋ ਸਾਡੇ ਨਾ ਜਿਹੜਾ ਹੈਗਾ ਇੱਕ ਜਿਹੜੀ ਸਾਡੇ ਸਮਾਜ ਦੀ ਗੱਲ ਹੈਗੀ ਆ ਵੀ ਅਸੀਂ ਸੋਚਦੇ ਹਾਂ ਵੀ ਜਿਹੜੇ ਟੋਟਕੇ ਆ ਉਹ ਅਸੀਂ ਨੋਟ ਕਰ ਲਈਏ ਸਹੀ ਗੱਲ ਮੈਨੂੰ ਲੱਗਦਾ ਕਿ ਉਹ ਇੱਦਾਂ ਦੀ ਸਾਨੂੰ ਪ੍ਰੋਗਰਾਮ ਇੱਕ ਸ਼ੁਰੂ ਕਰਨਾ ਚਾਹੀਦਾ ਅਕਾਲ ਚੈਨਲ ਤੇ ਜਿਹੜਾ ਹੋਵੇ ਟੋਟਕਿਆਂ ਦੇ ਉੱਪਰ ਮੇਰੇ ਹਿਸਾਬ ਨਾਲ ਪਹਿਲਾਂ ਆਪਣੀ ਹੈਲਥ ਨੂੰ ਸਮਝੋ ਤੁਹਾਡੇ ਹਵਾ ਭੜਦੀ ਆ ਜਾਂ ਗਰਮੀ ਦਾ ਜੋਸਾ ਆ ਜਾਂ ਬਾਏ ਦਾ ਜੋਸਾ ਆ ਕਿਹੜਾ ਆ ਆਪਾਂ ਉਹ ਤਾਂ ਸਮਝਣਾ ਨਹੀਂ ਚਾਹੁੰਦੇ ਬਾਏ ਕੀ ਚੀਜ਼ ਹੁੰਦੀ ਹੈ ਬਾਏ ਜਿਹੜੀ ਮਤਲਬ ਬਲਗਮ ਵਗੈਰਾ ਬਣਦੀ ਆ ਜਿਹੜੀਆਂ ਬਾਏ ਵਾਲੀਆਂ ਚੀਜ਼ਾਂ ਠੰਡੀਆਂ ਚੀਜ਼ਾਂ ਜਦੋਂ ਆਪਾਂ ਖਾਂਦੇ ਆ ਤਾਂ ਬੋਡੀ ਦੀਆਂ ਜੋੜਾਂ ਚ ਦਰਦਾਂ ਬੈਠਦੀਆਂ ਉਹਨੂੰ ਬਾਏ ਕਹਿੰਦੇ ਆ ਤੇ ਇਹ ਬਾਏ ਨੂੰ ਹਟਾਉਣ ਵਾਸਤੇ ਮੈਨੂੰ ਲੱਗਦਾ ਕਿ ਜੇ ਆਪਾਂ ਥੋੜੀ ਜਿਹੀ ਐਕਸਰਸਾਈਜ਼ ਵਗੈਰਾ ਕਰਦੇ ਰਹੀਏ ਕਰ ਲਈਏ ਨੱਚ ਕੇ ਉਹੀ ਮੈਂ ਕਹਿੰਦੀ ਵੀ ਜਿਹੜੀਆਂ ਸਾਡੀਆਂ ਪੁਰਾਣੀਆਂ ਬੀਬੀਆਂ ਸੀ ਹਾਂਜੀ ਉਹਨਾਂ ਦਾ ਇਹ ਐਕਸਰਸਾਈਜ਼ ਕਰਨ ਦਾ ਇੱਕ ਢੰਗ ਹੁੰਦਾ ਸੀ ਬੋਡੀ ਨੂੰ ਗਰਮ ਰੱਖਣਾ ਜ਼ਰੂਰੀ ਆ ਹਰ ਇੱਕ ਏਜ ਦੇ ਵਿੱਚ ਪਰ ਜਦੋਂ ਤੁਸੀਂ ਓਲਡਰ ਹੋਈ ਜਾਂਦੇ ਆ ਸੀਨੀਅਰ ਹੋ ਰਹੇ ਆ ਉਦੋਂ ਸਾਨੂੰ ਐਕਸਰਸਾਈਜ਼ ਕਰਨੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਉਹਦੇ ਵਿੱਚ ਆਪਾਂ ਬੈਠਦੇ ਜ਼ਿਆਦਾ ਆ ਬਾਏ ਬਣਨੀ ਆ ਹਵਾ ਭਰਨੀ ਆ ਪੇਟ ਵਿੱਚ ਉੱਠ ਕੇ ਤੁਰੋ ਤਾਂ ਐਕਸਰਸਾਈਜ਼ ਕਰੋ ਬਾਹਰ ਨਿਕਲੋ ਗਰੁੱਪਾਂ 'ਚ ਜਾਓ ਕੋਈ ਨੌਲੇਜ ਹੀ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਇਹ ਜਿਹੜੇ ਸਾਨੂੰ ਫੋਨ ਕਰ ਕਰਕੇ ਪੁੱਛਦੇ ਅਸੀਂ ਤਾਂ ਇਹਨਾਂ ਨੂੰ ਪੁੱਛੀਏ ਕਿ ਭੈਣ ਜੀ ਤੁਹਾਡੇ ਕੋਲ ਕਿਹੜਾ ਗੁਣ ਆ ਕਿਹੜੀ ਨੌਲੇਜ ਆ ਤੁਸੀਂ ਸਾਨੂੰ ਵੰਡੋ ਬਿਲਕੁਲ ਜਿਹੜਾ ਮਾਇੰਡ ਆ ਉਹਨੂੰ ਐਕਟਿਵ ਰੱਖਣਾ ਬਹੁਤ ਜ਼ਰੂਰੀ ਆ ਦੇਖੋ ਪਹਿਲਾਂ ਜਿਹੜਾ ਸਾਡਾ ਪੁਰਾਣਾ ਵਕਤ ਸੀ ਉਦੋਂ ਇੰਨੇ ਜ਼ਿਆਦਾ ਜਿਹੜੇ ਚੈਨਲ ਨਹੀਂ ਹੁੰਦੇ ਸੀ ਕਿਸੇ ਨੂੰ ਡਮੈਂਸ਼ੀਆ ਹੋਇਆ ਕਦੇ ਨਹੀਂ ਚੈਨਲਾਂ ਦੇ ਉੱਪਰ ਸੱਸ ਨੂੰ ਦੇ ਡਰਾਮੇ ਨਹੀਂ ਸੀ ਹੁੰਦੇ ਸਹੀ ਗੱਲ ਤੇ ਇਹ ਜਿਹੜੇ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਤੀਆਂ ਦੇ ਵਿੱਚ ਜਿਹੜਾ ਗਿੱਧਾ ਸੀ ਉਹਦੇ ਵਿੱਚ ਹੀ ਸੱਸ ਨੂੰ ਮਜ਼ਾਕ ਕਰ ਲਿਆ ਸਹੁਰੇ ਨੂੰ ਮਜ਼ਾਕ ਕਰ ਲਿਆ ਜੇਠ ਜਠਾਣੀ ਦੇ ਨਾਲ ਨੋਕ ਝੋਕ ਔਰ ਇਹ ਜਿਹੜਾ ਹੁੰਦਾ ਸੀਗਾ ਇੱਕ ਮਾਹੌਲ ਇੱਦਾਂ ਦਾ ਬਣਦਾ ਸੀ ਕਿ ਇੱਕ ਪਿਆਰ ਪਿਆਰ ਦੇ ਨਾਲ ਹੀ ਇੱਕ ਦੂਸਰੇ ਨੂੰ ਜਿਹੜਾ ਜਿੱਤ ਲਿਆ ਸੀ ਦਿਲ ਜਿੱਤ ਲੈਂਦੇ ਸੀ ਹਾਂਜੀ ਗੱਲ ਕਰ ਲੈਂਦੇ ਹਾਂਜੀ ਨਾਲ ਕਹਿ ਲੈਂਦੇ ਸੀ ਨਾਲ ਸੁਣ ਲੈਂਦੇ ਸੀ ਨਾਲ ਇੱਕ ਦੂਸਰੇ ਦਾ ਦਿਲ ਜਿੱਤਦਾ ਇਹਦੇ ਨਾਲ ਮਤਲਬ ਪਿਆਰ ਵੱਧਦਾ ਸੀ ਆਪਸ ਵਿੱਚ ਨਣਾਨਾਂ ਦਾ ਭਰਜਾਈਆਂ ਦਾ ਦਰਾਣੀਆਂ ਜਠਾਣੀਆਂ ਦਾ ਸੱਸ ਨਾਲ ਮਾਂ ਨਾਲ ਪਿਆਰ ਤਾਂ ਵੈਸੇ ਪਹਿਲਾਂ ਵੀ ਮਾਵਾਂ ਤੇ ਸੱਸਾਂ ਸਾਰੀਆਂ ਨੂੰ ਧੀਆਂ ਨੂੰ ਨੂੰਹਾਂ ਨੂੰ ਬਹੁਤ ਕਰਦੀਆਂ ਸੀ ਜਦੋਂ ਮੇਰੀ ਨੂੰਹ ਆਏਗੀ ਮੈਂ ਆ ਕਰਾਂਗੀ ਜਦੋਂ ਮੇਰੀ ਨੂੰਹ ਆਏਗੀ ਮੈਂ ਆ ਕਰਾਂਗੀ ਮਤਲਬ ਇੰਨਾ ਚਾਅ ਹੁੰਦਾ ਸੀ ਸੱਸਾਂ ਨੂੰ ਕਿ ਧੀ ਤਾਂ ਚੱਲ ਮੇਰੀ ਚਲੇ ਜਾਣੀ ਹੈ ਮੈਂ ਨੂੰਹ ਲਈ ਆਹ ਕਰੂੰਗੀ ਕਿੰਨੇ ਚਾਅ ਉਹਨਾਂ ਦੇ ਦਿਲ ਜਦੋਂ ਘਰ 'ਚ ਬੇਟਾ ਜਾਂ ਬੇਟੀ ਪੈਦਾ ਹੀ ਹੁੰਦੇ ਸੀ ਉਸ ਦਿਨ ਤੋਂ ਹੀ ਸੱਸਾਂ ਜਾਂ ਮਾਵਾਂ ਇਹ ਸੋਚਣ ਲੱਗ ਜਾਂਦੀਆਂ ਕਿ ਹੁਣ
ਜੀ ਅਸੀਂ ਨੂੰ ਲੈ ਕੇ ਆਵਾਂਗੇ ਜਾਂ ਧੀ ਨੇ ਆਪਣੇ ਘਰ ਜਾਣਾ ਹੈ। ਇਹ ਸਾਡੀਆਂ ਪੁਰਾਣੀਆਂ ਰੀਤਾਂ ਰਿਵਾਜ਼ ਜਿਹੜੇ ਨੇ ਇਹ ਬਣੇ ਹੋਏ ਨੇ। ਦਿਲ 'ਚ ਕਿੰਨੀ ਉਮੰਗ, ਕਿੰਨੇ ਚਾਅ ਹੁੰਦੇ ਸੀਗੇ ਧੀ ਵਾਸਤੇ ਵੀ ਅਤੇ ਨੂੰਹ ਵਾਸਤੇ ਵੀ। ਵੈਸੇ ਤੁਹਾਨੂੰ ਲੱਗਦਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਅਤੇ ਹੁਣ ਜਿਹੜੇ ਸਾਡੇ ਦਿਲ ਦੇ ਖਿਆਲ ਨੇ ਜਾਂ ਜਿਹੜੇ ਸਾਡੇ ਦਿਲ ਦੇ ਵਲਵਲੇ ਨੇ ਜਾਂ ਜਜ਼ਬਾਤ ਨੇ ਜਾਂ ਧੀਆਂ ਪੁੱਤਰਾਂ ਨਾਲ ਮਾਂ ਬਾਪ ਦਾ ਪਿਆਰ ਹੈ, ਇਹ ਤਾਂ ਨਹੀਂ ਬਦਲਿਆ ਕਿ ਇਹ ਨਹੀਂ ਬਦਲਿਆ? ਨਹੀਂ, ਹਾਲੇ ਵੀ ਮਾਵਾਂ ਬੱਚਿਆਂ ਨੂੰ ਓਨਾ ਹੀ ਪਿਆਰ ਕਰਦੀਆਂ, ਨੂੰਹਾਂ ਨੂੰ ਵੀ ਓਨਾ ਹੀ ਪਿਆਰ ਕਰਦੀਆਂ। ਮਤਲਬ ਮੈਂ ਆਪਣੇ ਆਲੇ ਦੁਆਲੇ ਦੇਖਿਆ ਆ ਵੀ ਓਨਾ ਹੀ ਪਿਆਰ ਮਿਲ ਰਿਹਾ ਨੂੰਹਾਂ ਨੂੰ ਵੀ, ਧੀ ਨਾਲ ਵੱਧ ਕੇ ਧੀ ਜਿੰਨਾ ਪਿਆਰ ਮਿਲ ਰਿਹਾ। ਆਈ ਮੀਨ ਅੱਗੇ ਤਾਂ ਸਹੁਰੇ ਦੇ ਕੋਲ ਨੂੰਹ ਬੈਠਦੀ ਨਹੀਂ ਸੀ ਹੁੰਦੀ, ਅੱਜ ਕੱਲ੍ਹ ਜਿਹੜੀਆਂ ਬਹੂਆਂ ਆ ਨੂੰਹਾਂ ਆ ਉਹ ਆਪਣੇ ਸਹੁਰੇ ਕੋਲ ਬੈਠ ਸਕਦੀਆਂ ਆਪਣੇ ਉਹਨਾਂ ਦੀ ਬੇਟੀ ਵਾਂਗੂ। ਮਤਲਬ ਕਾਫੀ ਮਤਲਬ ਅੱਗੇ ਨਾਲੋਂ ਚੇਂਜਸ ਹੈਗੇ ਆ, ਕਿਉਂਕਿ ਦੁਨੀਆ ਪੜ੍ਹੀ ਲਿਖੀ ਕਰਕੇ ਤੇ ਇਸ ਕਰਕੇ ਸਮਝਦਾਰੀ ਤੇ ਨੌਲੇਜ ਵੀ ਕਾਫੀ ਵਧੀਆ ਗਈ। ਮੈਂ ਕਹੂੰਗੀ ਕਿ ਇਸ ਗੱਲੋਂ ਇਹ ਜਿਹੜਾ ਪਰਿਵਰਤਨ ਇੱਕ ਚੇਂਜ ਆਈ ਹੈ, ਚੰਗੀ ਗੱਲ ਹੈ। ਕਿਉਂਕਿ ਪੁਰਾਣੇ ਜ਼ਮਾਨੇ 'ਚ ਇੱਦਾਂ ਹੁੰਦਾ ਸੀਗਾ ਕਿ ਸਹੁਰਾ ਸਾਹਿਬ ਪਹਿਲਾਂ ਥੋੜ੍ਹਾ ਖੰਘ ਕੇ ਜਾਂਦੇ ਸੀ ਤੇ ਫਿਰ ਨੂੰਹ ਆਪਣਾ ਝੁੰਡ ਕੱਢ ਲੈਂਦੀ ਸੀ। ਸੋ ਉਹ ਜਿਹੜੀ ਚੀਜ਼ ਹੈ ਹੁਣ ਜੇ ਉਹ ਮਤਲਬ ਨਹੀਂ ਹੈਗੀ ਤਾਂ ਜਿਹੜੀਆਂ ਲੜਕੀਆਂ ਨੇ ਨੂੰਹਾਂ ਜਿਹੜੀਆਂ ਨੇ ਉਹ ਆਪਣੇ ਫਾਦਰ ਇਨ ਲਾਅ ਆਪਣੇ ਸਹੁਰਾ ਸਾਹਿਬ ਜੀ ਨੂੰ ਆਪਣੇ ਬਾਪ ਦੇ ਵਾਂਗਰ ਸਮਝ ਕੇ ਉਹਨਾਂ ਦੇ ਨਾਲ ਜੇ ਬੈਠ ਲੈਂਦੀਆਂ ਤੇ ਮੇਰੇ ਖਿਆਲ 'ਚ ਉਹ ਬੁਰੀ ਗੱਲ ਨਹੀਂ ਹੈਗੀ। ਪਿਆਰ ਵੱਧਦਾ ਹੀ ਆ, ਇਹਦੇ ਨਾਲ ਘਟਦਾ ਤਾਂ ਨਹੀਂ ਆ, ਨਾਲੇ ਅੰਡਰਸਟੈਂਡਿੰਗ ਵੱਧਦੀ ਆ। ਪਰ ਇੱਕ ਇੱਕ ਹੋਰ ਵੀ ਚੀਜ਼ ਜ਼ਰੂਰੀ ਹੈਗੀ ਆ ਕਿ ਇੱਕ ਫਾਈਨ ਲਾਈਨ ਜਿਹੜੀ ਹੈ, ਹਾਂਜੀ, ਜਿਹੜਾ ਇੱਜ਼ਤ ਹੈ, ਇੱਜ਼ਤ ਤਾਂ ਧੀ ਵੀ ਤਾਂ ਆਪਣੇ ਸਹੁਰੇ ਨੂੰ ਦੇ ਹੀ ਸਕਦੀ ਹੈ, ਧੀ ਬਣ ਕੇ ਵੀ ਤਾਂ ਦੇ ਸਕਦੀ ਹੈ। ਦਿੰਦੀ ਆ, ਹਨਾ, ਦਿੰਦੀ ਆ। ਅੱਜ ਕੱਲ੍ਹ ਬੱਚੇ ਸਭ ਪੜ੍ਹੇ ਲਿਖੇ ਆ, ਦਿੰਦੇ ਆ, ਉਹਨਾਂ ਦੇ ਦਿਲਾਂ 'ਚ ਕੋਈ ਫਰਕ ਨਹੀਂ ਹੈਗਾ। ਸਮਾਂ ਇੱਥੇ ਦੇ ਤਾਂ ਬੱਚੇ ਬਹੁਤ ਇਨੋਸੈਂਟ ਹੈਗੇ ਆ, ਹਨਾ, ਉਹਨਾਂ ਦੇ ਦਿਲ 'ਚ ਕੁਛ ਮਤਲਬ ਜੈਲਸੀ ਜੇ ਉਹ ਬਹੁਤ ਘੱਟ ਦੇਖੀ ਆ। ਜੀ 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 ਜੀ, ਹਨਾ। ਔਰ ਅੱਜ ਪ੍ਰੋਗਰਾਮ ਚੱਲ ਰਿਹਾ ਹੈ ਜੀ ਅਕਾਲ ਚੈਨਲ ਦੇ ਉੱਪਰ, ਔਰ ਸਾਡੇ ਕੋਲ ਸਾਡੇ ਬਹੁਤ ਹੀ ਪਿਆਰੇ ਗੈਸਟ ਆਏ ਹੋਏ ਨੇ, ਸ਼ਰਨਜੀਤ ਕੌਰ ਜੀ, ਜੋ ਕਿ ਕਮਿਊਨਿਟੀ ਚੈਂਪੀਅਨ ਬਣ ਚੁੱਕੇ ਨੇ, ਲੋਕਾਂ ਦੀ ਬਹੁਤ ਹੈਲਪ ਕਰਦੇ ਨੇ ਅਲੱਗ ਅਲੱਗ ਢੰਗ ਦੇ ਨਾਲ। ਅਤੇ ਤੁਸੀਂ 12 ਕਿਲੋ ਵੇਟ ਜਿਹੜਾ ਲੂਜ਼ ਕੀਤਾ, ਇੱਕ ਤਾਂ ਤੁਸੀਂ ਸਾਨੂੰ ਦੱਸਦਾ ਅਤੇ ਦੂਜਾ ਤੁਸੀਂ ਕਿੰਨੇ ਸਟੈਪਸ ਦਿਨ ਦੇ ਵਿੱਚ ਚੱਲਦੇ ਹੋ? ਮੈਂ ਹਰ ਦਿਨ ਇੱਕ ਘੰਟਾ ਯੋਗਾ ਤਾਂ ਜ਼ਰੂਰ ਕਰਦੀ ਹਾਂ, ਕਈ ਵਾਰੀ 2 ਘੰਟੇ ਵੀ, ਅਤੇ ਸਟੈਪ ਵੀ ਉਹਦੇ ਨਾਲ ਮੇਰੇ ਜ਼ਰੂਰੀ ਆ। ਜੇ ਵੀਕਐਂਡ 'ਤੇ ਮੈਂ ਯੋਗਾ ਨਹੀਂ ਕਰਦੀ ਤਾਂ ਮੈਂ ਸਟੈਪ ਕਾਫੀ ਕਰ ਲੈਂਦੀ ਹਾਂ। ਮਤਲਬ ਅੱਜ ਕੱਲ੍ਹ ਤਾਂ ਫੋਨਾਂ 'ਚ ਸਿਸਟਮ ਹੈਗਾ, ਤੁਸੀਂ ਫੋਨ ਜੇ ਜੇਬ 'ਚ ਪਾਇਆ ਉਹਨੇ ਤੁਹਾਨੂੰ ਐਂਡ ਆਫ ਦਾ ਡੇ ਸਟੈਪ ਗਿਣ ਕੇ ਦੱਸ। ਫੋਨ ਦੀ ਤਾਂ ਗੱਲ ਤੁਸੀਂ ਨਾ ਹੀ ਸ਼ੁਰੂ ਕਰੋ, ਕਰੋ ਤਾਂ ਚੰਗਾ ਆ, ਫੋਨ ਦੀ ਤਾਂ ਗੱਲ ਨਾ ਹੀ ਸ਼ੁਰੂ ਕਰੋ। ਉਹਦੇ ਬੈਨੀਫਿਟ ਵੀ ਹੈਗੇ ਆ ਕਾਫੀ, ਡਿਪੈਂਡ ਕਰਦਾ ਤੁਸੀਂ ਉਹਨੂੰ ਯੂਜ਼ ਕਰਨਾ ਕਿ ਅਬਿਊਜ਼ ਕਰਨਾ। ਬਿਲਕੁਲ, ਹਨਾ, ਹਰ ਇੱਕ ਰਿਲੇਸ਼ਨਸ਼ਿਪ ਆ, ਹਰ ਇੱਕ ਦੁਨੀਆ 'ਚ ਚੀਜ਼ ਰੱਬ ਨੇ ਸਾਡੇ ਲਈ ਬਣਾਈ ਆ। ਹੁਣ ਸਾਨੂੰ, ਮੈਂ ਅੱਜ ਹੀ ਇੱਕ ਕਥਾ ਸੁਣ ਰਹੀ ਸੀ ਮੇਰੇ ਆਉਣ ਤੋਂ ਪਹਿਲਾਂ, ਕਿ ਸਾਨੂੰ ਰੱਬ ਨੇ ਅੱਖਾਂ ਦਿੱਤੀਆਂ, ਨੱਕ ਦਿੱਤਾ, ਮੂੰਹ ਦਿੱਤਾ, ਫ੍ਰੀ ਆ, ਸਾਰਾ ਕੁਛ ਫ੍ਰੀ ਆ। ਅੱਜ ਤੁਸੀਂ ਡਾਕਟਰ ਕੋਲੋਂ ਕੋਈ ਵੀ ਰਿਪੇਅਰ ਕਰਵਾਉਣੀ ਹੋਵੇ ਤਾਂ ਕਿੰਨੇ ਪੈਸੇ ਲੱਗਦੇ ਆ। ਜਿਹੜਾ ਰੱਬ ਨੇ ਦਿੱਤਾ ਉਹਦਾ ਸ਼ੁਕਰ ਮੰਨ ਕੇ ਉਹਨੂੰ ਜੇ ਸਹੀ ਤਰੀਕੇ ਨਾਲ ਆਪਾਂ ਯੂਜ਼ ਕਰੀਏ, ਉਹਦੇ 'ਚ ਸਾਡੀ ਵੀ ਇੱਜ਼ਤ ਆ ਅਤੇ ਜਿਹੜਾ ਦੇਖਣ ਵਾਲਾ ਆ ਉਹਦੀ ਵੀ ਇੱਜ਼ਤ ਆ। ਹਰ ਇੱਕ ਨੇ ਤੁਹਾਡੇ ਰੰਗ ਰੂਪ ਨੂੰ ਬਾਅਦ 'ਚ ਦੇਖਣਾ, ਪਹਿਲਾਂ ਉਹਨੇ ਦੇਖਣਾ ਦਿਲ ਕਿੱਦਾਂ ਦਾ। ਭੈਣ ਜੀ ਤੁਸੀਂ ਨਾ ਕੀ ਕਹਿੰਦੇ ਹੁੰਦੇ ਆ, 100 ਰੁਪਏ ਦੀ ਗੱਲ ਕੀਤੀ, ਜੜੋ ਗੱਲ ਕੱਢ ਦਿੱਤੀ। 100 ਰੁਪਏ ਦੀ ਗੱਲ, ਇਹ ਪੁਰਾਣਾ ਅਖਾਣ ਇੱਦਾਂ ਹੈਗਾ, ਪਰ ਮੇਰਾ ਮਤਲਬ ਇਹ ਹੈ ਕਿ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ, ਔਰ ਪ੍ਰੋਗਰਾਮ ਦਾ ਜਿਹੜਾ ਹੁਣ ਅੰਤ ਜਿਹੜਾ ਉਹ ਆ ਗਿਆ ਹੈਗਾ, ਅਤੇ ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ। ਜਾਣ ਤੋਂ ਪਹਿਲਾਂ ਤੁਸੀਂ ਬਹੁਤ ਵਧੀਆ ਮੈਸੇਜ ਹੁਣੇ ਦਿੱਤਾ, ਪਰ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਾਡੇ ਦਰਸ਼ਕਾਂ ਨੂੰ? ਜ਼ਰੂਰ, ਮੈਂ ਆਪਣੇ ਦਰਸ਼ਕਾਂ ਨੂੰ ਇਹ ਹੀ ਕਹੂੰਗੀ, ਦਵਾਈਆਂ ਘੱਟ ਖਾਵੋ, ਮਸਾਲੇ ਘੱਟ ਖਾਵੋ, ਉੱਠ ਕੇ ਤੁਰੋ। ਆਪਣੀ ਤੁਹਾਡੀ ਦੇਹ ਜਿੰਨੀ ਗਰਮ ਰਹੂਗੀ ਓਨੀ ਤੁਹਾਡੇ ਬਿਮਾਰੀਆਂ ਘੱਟ ਹੋਣਗੀਆਂ, ਉਹਨਾਂ ਤੁਹਾਡਾ ਹਾਰਟ ਵਧੀਆ ਚੱਲੂਗਾ, ਉਹਨੇ ਤੁਹਾਡੇ ਓਰਗਨਸ ਵਧੀਆ ਚੱਲੂਗੇ। ਇੱਕ ਗੱਲ ਮੈਂ ਲਾਸਟ ਵਿੱਚ ਬਹੁਤ ਜ਼ਰੂਰੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਸਟ੍ਰੈਸ ਆ ਨਾ ਉਹ ਸਾਡੇ ਹਰ ਇੱਕ ਓਰਗਨ ਨੂੰ ਸਲੋਹ ਕਰ ਦਿੰਦੀ ਆ, ਤੇ ਜੇ ਤੁਹਾਡੇ ਓਰਗਨ ਹੀ ਸਲੋ ਹੋ ਗਏ ਸਟ੍ਰੈਸ ਦੇ ਨਾਲ, ਤੇ ਬੋਡੀ ਕਾਹਦੇ ਤੇ ਚੱਲਣੀ ਆ? ਦਵਾਈਆਂ ਤੇ ਤੁਸੀਂ ਨਹੀਂ ਚਲਾਣੀ ਹੈਗੀ, ਕਿਉਂਕਿ ਦਵਾਈਆਂ ਹੈਗੀਆਂ ਕੈਮੀਕਲ, ਉਹਨਾਂ ਨੇ ਤੁਹਾਡੀ ਬੋਡੀ ਨੂੰ ਮੈਸ ਅਪ ਕਰਨਾ। ਜਿੰਨਾ ਨੇਚਰ ਦੇ ਨੇੜੇ ਜੀ ਕੇ ਜਾਓਗੇ ਉਹਨਾਂ ਤੁਸੀਂ ਸੌਖੇ ਰਹੋਗੇ, ਦਵਾਈਆਂ ਘੱਟ ਹੋਣਗੀਆਂ, ਸਾਈਡ ਇਫੈਕਟਸ ਘੱਟ ਹੋਣਗੇ, ਕੈਮੀਕਲ ਘੱਟ ਹੋਣਗੇ, ਤੇ ਮੇਰੇ ਤੇ ਭੈਣ ਜੀ ਰੂਪਜੀਤ ਵਾਂਗੂ
ਰੂਪ ਰੂਪ ਕੌਰ ਵਾਂਗੂ ਰੂਪ ਦਵਿੰਦਰ ਕੌਰ ਵਾਂਗੂ ਖੁਸ਼ ਰਹੋਗੇ, ਨੈਚੁਰਲ ਲੁੱਕ ਹੋਊਗੀ, ਥੈਂਕ ਯੂ, ਨੈਚੁਰਲ ਲੱਗੂਗੇ, ਨੈਚੁਰਲ ਤੁਹਾਡੀ ਸਮਾਈਲ ਹੋਊਗੀ ਤੇ ਆਲ ਮਤਲਬ ਨੈਚੁਰਲ ਬਿਊਟੀ ਹੋਊਗੀ ਤੁਹਾਡੀ। ਬਹੁਤ ਬਹੁਤ ਸ਼ੁਕਰੀਆ ਸ਼ਰਨਜੀਤ ਜੀ। ਤੇ ਇਹ ਸੀ ਜੀ ਇਹਨਾਂ ਦੀ ਇੱਕ, ਇਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਜਿੰਨਾ ਅਸੀਂ ਆਪਣੀ ਸਿਹਤ ਦਾ ਖਿਆਲ ਰੱਖਾਂਗੇ ਓਨਾ ਹੀ ਅਸੀਂ ਦਵਾਈਆਂ ਤੋਂ ਦੂਰ ਰਹਾਂਗੇ, ਕਿ ਆਪਣੀ ਸਿਹਤ ਦਾ ਖਿਆਲ ਰੱਖਣ ਵਾਸਤੇ ਤੁਸੀਂ ਤੁਰੋ ਫਿਰੋ ਔਰ ਹੱਸੋ ਖੇਡੋ। ਜਿਹੜੀ ਜ਼ਿੰਦਗੀ ਹੈ ਬਹੁਤ ਛੋਟੀ ਹੈ, ਹੱਸਾਂਗੇ ਖੇਡਾਂਗੇ ਇੰਜੋਏ ਕਰਾਂਗੇ ਤੇ ਅਸੀਂ ਆਪ ਵੀ ਖੁਸ਼ ਹੋਵਾਂਗੇ ਤੇ ਖੁਸ਼ੀਆਂ ਵੰਡਾਂਗੇ ਵੀ। ਅਗਲੇ ਹਫ਼ਤੇ ਤੁਹਾਡੀ ਸੇਵਾ ਦੇ ਵਿੱਚ ਤੁਹਾਡੀ ਰੂਪ ਦਵਿੰਦਰ ਇੱਕ ਵਾਰ ਫਿਰ ਹਾਜ਼ਰ ਹੋਵੇਗੀ। ਆਪਣਾ ਰੱਖਿਓ ਜੀ ਬਹੁਤ ਸਾਰਾ ਖਿਆਲ, ਸਾਡੀਆਂ ਦੋਨਾਂ ਭੈਣਾਂ ਵੱਲੋਂ ਬਹੁਤ ਪਿਆਰ ਨਾਲ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।